ਲੈ ਐਵੇਂ ਟੈਨਸ਼ਨ ਨਾ ਲਓ, ਸਾਰਾ ਕੁਝ ਦੱਸਤਾ ਸੀ ਮੈਨੂੰ। ਦੇਖ ਕਿਵੇਂ ਬੈਠੇ ਨੇ, ਨਾਲੇ ਮੈਂ ਕਿਹਾ ਸੀ ਭੂਆ ਨੂੰ ਵੀ ਤੂੰ ਰਿਸ਼ਤਾ ਨਾ ਕਰਵਾ, ਰਿਸ਼ਤਾ ਕਰਵਾ ਕੇ ਨਾ ਸਾਰਾ ਕੁਛ ਹੱਥ 'ਚੋਂ ਗਿਆ ਸਾਡੇ ਤਾਂ, ਕਿੱਥੋਂ ਪੰਗਾ ਪਾਇਆ ਗਾ। ਪਰ ਮੈਨੂੰ ਨਾ ਫਿਰ ਵੀ ਯਕੀਨ ਜਿਹਾ ਨਹੀਂ ਆ ਰਿਹਾ ਵੀ ਕੋਈ ਉਹਦਾ ਨਾ ਰਹਿ ਗਿਆ ਹੋਵੇ। ਯਕੀਨ ਤਾਂ ਤੁਹਾਨੂੰ ਕਰਨਾ ਹੀ ਪੈਣਾ, ਕਿਉਂਕਿ ਮੇਰੇ ਮਾਂ ਬਾਪ ਵੀ ਇਹੀ ਸੋਚਿਆ ਸੀ ਕਿ ਸਾਡੀ ਧੀ ਸੌਖੀ ਰਹੂਗੀ, ਕਿਉਂਕਿ ਸਾਡੇ ਗਰੀਬਾਂ ਦੇ ਪੱਲੇ ਕੀ ਹੁੰਦਾ, ਜਾਂ ਤਾਂ ਸੋਹਣਾ ਘਰ ਬਾਰ ਵੇਖ ਲੈਂਦੇ ਨੇ। ਅੱਜ ਜ਼ਮੀਨਾਂ ਜ਼ਮੂਨਾਂ ਤਾਂ ਸਾਡੇ ਕਰਮਾਂ 'ਚ ਕਿੱਥੇ, ਮਾਂ ਬਾਪ ਨੂੰ ਇਹੀ ਹੁੰਦਾ ਬਸ ਵੀ ਸਾਡੀ ਧੀ ਦੋ ਟਾਈਮ ਦੀ ਰੋਟੀ ਸੌਖੀ ਖਾ ਲਈ, ਬਾਕੀ ਸਾਰਾ ਕੁਛ ਦੇਖ ਹੀ ਲਿਆ ਸੀ ਉਹਨਾਂ ਨੇ, ਉਮਰਾਂ ਦਾ ਕੀ ਹੈਗਾ। ਬੰਦੇ ਨੂੰ ਨਾ ਘਰ 'ਚ ਖੁਸ਼ੀ ਮਿਲਣੀ ਚਾਹੀਦੀ ਹੈਗੀ। ਬਾਕੀ ਤੁਹਾਡੇ ਨਾਲ ਮੇਰਾ ਮੇਲ ਵੀ ਹੈਗਾ ਗਾ, ਆਪਣੀ ਜੋੜੀ ਵੀ ਬਣਦੀ ਹੈਗੀ, ਤੁਸੀਂ ਇਹ ਨਾ ਸੋਚੋ। ਪਰ ਮੈਨੂੰ ਤਾਂ ਨਾ ਫਿਰ ਵੀ ਯਕੀਨ ਨਹੀਂ ਆ ਰਿਹਾ ਵੀ ਮੇਰਾ ਵਿਆਹ ਹੋ ਗਿਆ। ਕਿਉਂ ਕਿਉਂ ਨਹੀਂ ਆਉਂਦਾ ਯਕੀਨ, ਐਡੀ ਵੱਡੀ ਤੁਹਾਡੇ ਕੋਲੇ ਬੈਠੀ ਹਾਂ, ਤੁਹਾਨੂੰ ਯਕੀਨ ਨਹੀਂ ਆ ਰਿਹਾ। ਗੱਲ ਤਾਂ ਇਹੀ ਆ, ਇਹ ਵੀ ਮੈਨੂੰ ਤਾਂ ਸੁਪਨਾ ਹੀ ਲੱਗੀ ਜਾਂਦਾ। ਮੈਨੂੰ ਤਾਂ ਨਾ ਘੱਟੋ ਘੱਟ 50 ਜਾਣੇ ਦੇਖਣ ਆਏ ਸੀ ਅਤੇ ਦੇਖ ਕੇ ਮੁੜ ਗਏ ਸੀਗੇ। ਕੋਈ ਕਹਿੰਦਾ ਸੀ ਮੁੰਡੇ ਦੀ ਸ਼ਕਲ ਨਹੀਂ ਚੱਜਦੀ, ਕੋਈ ਕਹਿੰਦਾ ਸੀ ਉਮਰ ਵਾਲੀ ਆ, ਕੋਈ ਕਹਿੰਦਾ ਸੀ ਅਸੀਂ ਬੁੱਢੇ ਨਾਲ ਕਿਉਂ ਕਰੀਏ। ਆਹੀ ਗੱਲਾਂ ਕਹਿ ਕੇ ਜਵਾਬ ਮਿਲ ਜਾਂਦਾ ਸੀ, ਨਾਲੇ ਪਿੱਠ ਪਿੱਛੇ ਨਹੀਂ ਮੂੰਹ 'ਤੇ ਕਰਦੇ ਸੀਗੇ। ਇੱਕ ਗੱਲ ਹੋਰ, ਆਪਣੇ ਛੋਟੇ ਚੰਨੀ ਨਾਲ ਨਾ ਵਿਆਹ ਪਹਿਲਾਂ ਹੋ ਗਿਆ ਸੀ ਤਾਂ ਲੋਕ ਤਾਂ ਉੱਠੀਆਂ ਸਿੱਧੀਆਂ ਗੱਲਾਂ ਕਰਨੋਂ ਤੁਹਾਨੂੰ ਪਤਾ ਪਹਿਲਾਂ ਹੀ ਨਹੀਂ ਹਟਦੇ, ਕਹਿੰਦੇ ਸੀ ਵੱਡਾ ਛੱਡਤਾ ਇਹਦੇ 'ਚ ਕੋਈ ਕਮੀ ਹੋਣੀ ਆ ਜਾਂ ਕੋਈ ਹੋਰ ਗੱਲ, ਰੱਬ ਹੀ ਜਾਣਦਾ ਕੀ ਕਹਿੰਦੇ ਸੀ, ਅਫਵਾਹਾਂ ਬਹੁਤ ਉੱਡੀਆਂ ਹੋਈਆਂ ਸੀ। ਮੈਨੂੰ ਭੂਆ ਨੇ ਨਾ ਸਾਰੀ ਗੱਲ ਦੱਸਦੀ ਸੀਗੀ ਘਰਦਿਆਂ ਨੂੰ ਵੀ। ਲੈ ਗੇਟ ਖੁੱਲ੍ਹਿਆ ਹੀ ਪਿਆ, ਨਾਲੇ ਕਿੰਨੇ ਵਾਰੀ ਕਿਹਾ ਗੇਟ ਬੰਦ ਰੱਖਿਆ ਕਰੋ। ਤਿੰਨ ਵਾਰੀ ਕੁੱਤਾ ਨਾ ਘਿਓ ਵਾਲੀ ਪੀਪੀ ਚੱਕ ਕੇ ਲੈ ਗਿਆ, ਕਰਦਾ ਗੱਲ ਇਹਦੇ ਨਾਲ ਜਾ ਕੇ। ਲੈ ਆ ਬੈਠੀ ਆ, ਗੱਲ ਸੁਣ ਤੂੰ ਮੇਰੀ, ਗੇਟ ਖੁੱਲ੍ਹਾ ਪਿਆ, ਤਿੰਨ ਵਾਰੀ ਤੋਂ ਪਹਿਲਾਂ ਘਿਓ ਲੈ ਗਿਆ ਚੱਕ ਕੇ ਕੁੱਤਾ, ਹੈ ਹੁਣ ਕਿਹਨੂੰ ਦੋਸਤ ਦੇਵਾਂ, ਤੈਨੂੰ ਮੈਂ ਸਮਝਦਾਰ ਹੈ ਤਾਂ ਗੇਟ ਬੰਦ ਰੱਖਿਆ ਕਰ। ਮੈਂ ਤਾਂ ਸਮਝਦਾਰ ਹੈਗੀ ਆ, ਉਹ ਜਿਹੜੀ ਮਹਾਰਾਣੀ ਲਿਆਂਦੀ ਆ ਨਾ ਉਹ ਨਹੀਂ ਹੈਗੀ ਸਮਝਦਾਰ, ਮੈਂ ਤਾਂ ਆਪਦਾ ਕੰਮ ਨਿਬੇੜ ਕੇ ਅੰਦਰ ਬੈਠੀ ਆ, ਉਹਨਾਂ ਨੇ ਖੋਲਿਆ ਹੋਊਗਾ ਮੈਨੂੰ ਕੀ ਪਤਾ। ਹੁਣ ਉਹ ਨਵੀਂ ਨਵੀਂ ਆਈ ਆ, ਉਹਨੂੰ ਕੀ ਪਤਾ, ਸਾਰਾ ਗਿਆਨ ਤਾਂ ਤੈਨੂੰ ਆ, ਸਮਝ ਲਿਆ ਕਰ ਗੱਲ ਨੂੰ। ਨਵੀਂ ਨਵੀਂ ਆਈ ਆ ਫਿਰ ਮੈਂ ਕੀ ਕਰਾਂ, ਮੈਂ ਵੀ ਤਾਂ ਨਵੀਂ ਆਈ ਸੀ ਨਾ ਇੱਕ ਦਿਨ, ਮੈਂ ਵੀ ਸਾਰਾ ਕੰਮ ਕਰਦੀ ਸੀ, ਉਹਦਾ ਵੀ ਤਾਂ ਧਿਆਨ ਹੋਣਾ ਚਾਹੀਦਾ, ਉਹ ਵੀ ਘਰ 'ਚੋਂ ਹੀ ਆ, ਕੋਈ ਬਾਹਰੋਂ ਨਹੀਂ ਹੈਗੀ। ਉਦੋਂ ਬੇਬੇ ਸੀ, ਸਾਰੀਆਂ ਗੱਲਾਂ ਤੈਨੂੰ ਦੱਸਦੀ ਸੀ, ਐਂ ਕਰਿਆ ਕਰ ਪੁੱਤ ਐਂ ਕਰਿਆ ਕਰ, ਊਂ ਦੱਸਣ ਵਾਲਾ ਕੌਣ ਆ, ਤੂੰ ਦੱਸੇਗੀ ਫੇਰ ਹੀ ਪਤਾ ਲੱਗੂ ਉਹਨੂੰ, ਤੂੰ ਤਾਂ ਇੱਥੇ ਆ ਕੇ ਬਹਿ ਗਈ। ਤੈਨੂੰ ਨਾ ਘਿਓ ਦਾ ਫਿਕਰ ਹੋਇਆ ਪਿਆ, ਤੇ ਜਿਹੜੀ ਜ਼ਮੀਨ ਹੈਗੀ ਕਿੰਨੇ ਆਪਣੇ ਹੱਥੋਂ ਗਈ, ਜੇ ਇਹਦਾ ਵਿਆਹ ਹੋਇਆ ਤਾਂ ਕਰਕੇ ਗਈ ਆਪਣੇ ਹੱਥੋਂ ਜ਼ਮੀਨ। ਹਾਂ ਘਿਓ ਦੀ ਲੱਗੀ ਪਈ ਆ ਤੈਨੂੰ ਤਾਂ, ਘਿਓ ਦਾ ਕੀ ਆ, ਉਹਦਾ ਹੋਰ ਵੀ ਆਜੂਗਾ। ਜ਼ਮੀਨ ਕਿਹੜੀ ਹੱਥੋਂ ਆ ਗਈ ਮੇਰੇ, ਉਹੀ ਤਾਂ ਹੈਗੀ ਜ਼ਮੀਨ ਮੇਰੇ ਕੋਲ ਤਾਂ ਹੈਗੀ ਆ ਸਾਰੀ। ਨਾ ਹੁਣ ਤੇਰੇ ਕੋਲੇ ਇਕੱਲੇ ਕੋਲੇ ਨਹੀਂ ਰਹਿੰਦੀ ਉਹ, ਵਿਆਹ ਹੋ ਗਿਆ ਅਗਲਾ ਹਿੱਸਾ ਮੰਗੂਗਾ। ਲੈ ਹਿੱਸਾ ਮੰਗੂਗਾ ਹੈ ਉਹਦਾ ਬਣਦਾ ਹੀ ਹੱਥੋਂ, ਉਹਦਾ ਮੇਰਾ ਵੱਡਾ ਭਰਾ, 6 ਕਿੱਲੇ ਮੇਰੇ, 6 ਕਿੱਲੇ ਉਹਦੇ ਕੋਲ। ਹਾਏ ਓਏ ਰੱਬਾ ਮੇਰੀ ਗੱਲ ਸੁਣ, 6 ਕਿੱਲੇ ਕਹਿੰਦਾ ਨਾ ਉਹਦੇ ਕੋਲੇ, ਜੇ ਇਹਦਾ ਵਿਆਹ ਨਾ ਹੁੰਦਾ ਤਾਂ 12 ਦੇ 12 ਆਪਣੇ ਕੋਲੇ ਰਹਿਣੇ ਸੀਗੇ। ਉਹ ਲੈ ਕਮਾਲ ਕਰੀ ਜਾਂਦੀ ਆ, ਉਹ ਜੇ ਨਾ ਵਿਆਹ ਜਾਂਦਾ ਔਤ ਵੱਜਦਾ, ਔਤ ਦੀ ਜ਼ਮੀਨ ਤੂੰ ਹੀ ਸਾਹਮਣੀ ਮਾੜੀ ਹੁੰਦੀ ਆ। ਉਹ ਗੱਲ ਸੁਣ, ਜੇ ਮੇਰਾ ਹੁਣ ਭਰਾ ਦਾ ਘਰ ਵਸ ਗਿਆ ਤੇ ਵਧੀਆ, ਹੈ
ਆਓ, ਤੈਨੂੰ ਤਾਂ ਘਰ ਵਸਣ ਦੀ ਹੋ ਗਈ। ਤੈਨੂੰ ਐਂ ਤਾਂ ਨੀ ਹੈ ਕਿ ਵੀ 6 ਕਿੱਲੇ ਗਏ ਆਪਣੇ ਹੱਥੋਂ? ਕੁੱਲ ਹੈ ਉਹ ਤਾਂ ਕਰੋੜਾਂ ਦੀ ਜ਼ਮੀਨ ਹੈਗੀ ਜਿਹੜੀ ਹੱਥੋਂ ਪੈ ਗਈ। ਉਹ ਕਮਾ ਕਮਲੀਏ, ਉਹ ਕਿਸੇ ਬੰਦੇ ਤੋਂ ਨਾ ਮੰਗਿਆ ਕਰ, ਰੱਬ ਤੋਂ ਮੰਗਿਆ ਕਰ, ਦੁਆਵਾਂ ਕਰਿਆ ਕਰ। ਰੱਬਾ 6 ਕਿੱਲੇ ਤੋਂ 12.5 ਕਿੱਲੇ ਬਣਾ। ਤੇ ਉਹ ਵੀ ਤਾਂ ਰੱਬ ਨੀ ਦਿੱਤੇ ਨੇ ਨਾ, ਤਾਂ ਇੱਥੋਂ ਸਾਹਮਣੇ ਨੀ ਜਾਂਦੇ। ਰੱਬ ਨੇ ਕਿਹਾ ਸੀ ਵੀ ਇਹਦਾ ਵਿਆਹ ਨਾ ਕਰੋ, ਤੂੰ ਕਰਵਾਇਆ ਕਹਿ ਕੇ ਉਹ ਭੂਆ ਨੂੰ ਕਹਿ ਕਹਿ ਕੇ। ਮੈਂ ਤਾਂ ਉਹਨੂੰ ਕਿਹਾ ਸੀ ਵੀ ਨਾ ਕਰਵਾਓ। ਲੈ ਉਹ ਵਧੀਆ ਕੀਤਾ ਭੂਆ ਨੇ, ਮੇਰੇ ਭਰਾ ਦਾ ਘਰ ਵੇਸਾ ਦਾ। ਆ ਨਾਲੇ ਬਗਾਨਾ ਹੱਕ ਆ ਕੇ ਨਾ ਨਰਕਾਂ ਦਾ ਭਾਗੀ ਨੀ ਬਣਨਾ ਚਾਹੁੰਦਾ। ਤੇਰੇ ਪਿੱਛੇ ਲੱਗ ਕੇ ਮੈਂ ਨਰਕਾਂ ਚ ਜਾਵਾਂ ਹੈ, ਹੁਣ ਤੇਰੇ ਪਿੱਛੇ ਲੱਗਾ ਮੈਂ। ਅੱਛਾ ਮੇਰੇ ਪਿੱਛੇ ਲੱਗੇ, ਜੇ ਤੂੰ ਮੇਰੇ ਪਿੱਛੇ ਲੱਗਿਆ ਹੁੰਦਾ ਨਾ ਤਾਂ ਤੂੰ ਨਰਕ ਚ ਨੀ ਜਾਣਾ ਸੀ, ਸਵਰਗ ਚ ਜਾਂਦਾ। ਹੁਣ ਜਾਵੇਂਗਾ ਤੂੰ ਨਰਕ ਚ? ਉਹ ਨਹੀਂ ਜਾਂਦਾ, ਰੱਬ ਨਾ ਸਾਰਾ ਕੁਝ ਦੇਖਦਾ ਹੁੰਦਾ। ਲੋਕ ਤੇ ਬਾਹਰ ਲੱਭਦੇ ਫਿਰਦੇ ਹੁੰਦੇ ਰੱਬ, ਤੇ ਰੱਬ ਆਪਾਂ ਅੰਦਰ ਆ, ਸਾਰੀਆਂ ਗੱਲਾਂ ਨੋਟ ਕਰਦਾ ਵੀ ਬੰਦਾ ਕਿਹੜੇ ਕਿਹੜੇ ਬਾਰੇ ਸੋਚਦਾ ਹੈ। ਜੇ ਮੈਂ ਕਿਸੇ ਬਾਰੇ ਮਾੜਾ ਸੋਚੂ ਨਾ, ਰੱਬ ਪਹਿਲਾਂ ਮਾੜਾ ਕਰੂ ਮੇਰਾ। ਤੂੰ ਨਾ ਇੰਨਾ ਹੀ ਸੋਚਦਾ ਰਿਹਾ ਕਰ ਚੰਗਾ। ਮੈਂ ਤੈਨੂੰ ਇੱਕ ਗੱਲ ਆਖਤੀ, ਜਿੰਨਾ ਆਪਾਂ ਚੰਗਾ ਕਰਾਂਗੇ ਉਨਾ ਹੀ ਆਪਣੇ ਨਾਲ ਮਾੜਾ ਹੋਊਗਾ। ਅੱਜ ਕੱਲ ਕਹਿੰਦੇ ਪਾਪ ਫਲਦਾ, ਮਾੜਾ ਮੋਟਾ ਨਾ ਦਿਮਾਗ ਤੋਂ ਕੰਮ ਲਿਆ ਕਰ। ਉਹ ਗੱਲ ਸੁਣ, ਚੋਰ ਦੇ ਖਾਂਦੇ ਨੂੰ ਨਾ ਵੇਖੇ, ਉਹਦੇ ਪੈਂਤੀਆਂ ਵੇਖੇ। ਹੈ ਤੂੰ ਦੇਖਦੇ ਖਾਂਦੇ ਤੇ ਪੈਂਤੀਆਂ ਨੀ ਵੇਖਦੇ, ਤੇ ਚੋਰ ਦਾ ਦੇਖ। ਜੇ ਮੰਨ ਲੈ ਚੋਰ ਵਾਲਾ, ਜੇ ਕੋਈ ਚੋਰੀ ਕਰਕੇ ਆਉਂਦਾ, ਪਰ ਲੱਖ ਦੀ ਕਰੇ ਕਰੋੜ ਦੀ ਕਰੇ, ਉਹ ਫੜ ਲਿਆ ਪੁਲਿਸ ਸਾਰਾ ਕੁਝ ਬਰਾਬਰ ਕਰ ਲੈਂਦੀ, ਨਾਲੇ ਸਜ਼ਾ ਭੁਗਤਦਾ। ਲੈ ਭੁਗਤ ਕੇ ਤਾਂ ਦੁੱਗਣੀਆਂ ਚੋਰੀਆਂ ਕਰਨ ਲੱਗ ਜਾਂਦਾ ਗਾ, ਨਾਲੇ ਤੈਨੂੰ ਪਤਾ ਵੀ ਜਿਹੜਾ ਵੀ ਜੇਲ ਕੱਟ ਕੇ ਆਉਂਦਾ ਨਾ ਉਹ ਜ਼ਿਆਦਾ ਮਤਲਬ ਕਿ ਸੁਧਰ ਕੇ ਨਹੀਂ ਆਉਂਦਾ, ਉੱਥੋਂ ਹੋਰ ਵਧੀਆ ਬਣ ਕੇ ਆਉਂਦਾ ਉਹ ਤੂੰ ਜੇਲ ਚ ਜਾ ਕੇ ਦੇਖ ਗਿਆ, ਪਤਾ ਕਿੰਨਾ ਬੁਰਾ ਹਾਲ ਆ। ਹੈ ਉੱਥੇ ਦਾਲ ਵੀ ਉਹ ਕਹਿੰਦੇ ਜਿਉਣੇ ਦੇ ਖਵਾਉਂਦੇ ਆ, ਦੂਜੇ ਕੀ ਨਾਮ ਹੁੰਦੇ ਆ ਉਹ ਜੰਤਰ ਜੇ ਦੇ, ਹੈ ਰੋਟੀਆਂ ਡੇਣੀਆਂ ਮੋਟੇ, ਬੜਾ ਬੁਰਾ ਹਾਲ ਹੈ। ਹੈ ਤੂੰ ਜੇਲ ਦੀ ਨਾ ਭਾਗੀ ਬਣ, ਤੈਨੂੰ ਮੈਂ ਸਿਆਣੀ ਬਣ, ਤੂੰ ਇਹ ਗੱਲਾਂ ਸੋਚਣੀਆਂ ਬੰਦ ਕਰ ਦੇ। ਹੈ ਚੰਗਾ ਸੋਚਿਆ ਕਰ, ਕੀ ਲੈ ਜਾਣਾ ਇਸ ਦੁਨੀਆਂ ਤੋਂ, ਪਸਾ ਇੱਥੇ ਰਹਿ ਜਾਣਾ ਸਾਰਾ ਕੁਛ। ਆਹੋ ਰਹਿ ਜਾਣਾ ਇੱਥੇ, ਜਿੰਨਾ ਚਿਰ ਉਹਦੇ ਜਿਉਂਦੇ ਆ ਉਨਾ ਟਾਈਮ ਤਾਂ ਆਪਾਂ ਐਸ਼ ਕਰ ਲਓ, ਐਸ਼ ਪ੍ਰਸਤੀ ਤਾਂ ਦੁਨੀਆਂ ਤੇ ਹੈ, ਮਰ ਕੇ ਕਿਹਨੇ ਦੇਖਣਾ ਗਾ। ਹੁਣ ਤੈਨੂੰ ਕਮੀ ਦੱਸ ਕਿਹੜੀ ਚੀਜ਼ ਦੀ, ਸੂਰਤਾਂ ਹਰ ਚੀਜ਼ ਤੈਨੂੰ ਹਾਜ਼ਰ ਮਿਲਦੀ ਆ, ਸੁੱਖ ਨਾਲ ਵਧੀਆ ਜੋ ਜਾਂਦੇ, ਨਾਲੇ ਮੇਰਾ ਭਰਾ ਨਾਲੇ ਮੇਰੇ ਭਰਾ ਕੁਛ, ਦੋਨੇ ਭਰਾ ਚ ਕੁਛ ਆ। ਇਹ ਹੁਣ ਮਿਲਦਾ ਸੀ, ਆ ਹੁਣ ਵਿਆਹ ਹੋ ਗਿਆ ਇਹਦਾ, ਇਸ ਤੋਂ ਬਾਅਦ ਨੀ ਆਪਣਾ ਆਹ ਕੁਛ ਚੱਲਣਾ। ਜੇ ਤੈਨੂੰ ਕਿਸੇ ਚੀਜ਼ ਦੀ ਕਮੀ ਹੋਈ ਨਾ ਤਾਂ ਮੈਨੂੰ ਕਹਿ ਦੀ, ਜੇ ਤੈਨੂੰ ਚੀਜ਼ ਨਾ ਮਿਲੀ ਨਾ ਮੇਰੇ 7 ਜੁੱਤੀਆਂ ਮਾਰੀ। ਆ ਦੇਖ ਲਈ ਫਿਰ ਤੂੰ ਕੀ ਲਿਆ ਕੇ ਦੇ ਦੇਂਗਾ, ਜਦੋਂ ਅਗਲੇ ਨੇ ਅੱਧਾ ਵੰਡਾ ਲਿਆ ਕੀ ਰਹਿ ਜੂ ਆਪਣੇ ਕੋਲੇ, ਇਕੱਲਾ ਖਰਚਾ ਚੁੱਲ੍ਹੇ ਦਾ ਹੀ ਮਸਾਂ ਚੱਲੂਗਾ। ਉਹ ਨਹੀਂ ਚੱਲਣਾ, ਮੈਂ ਮਿਹਨਤ ਕਰ ਰਿਹਾ, ਮਿਹਨਤ ਕਹਿੰਦੇ ਮਿਹਨਤ ਕਰਨਾ ਚਾਹੀਦਾ ਬੰਦੇ ਨੂੰ, ਕਰਮ ਕਰਨਾ ਚਾਹੀਦਾ, ਫਲ ਦੇਣਾ ਦੇਣਾ ਰੱਬ ਦੀ ਮਰਜ਼ੀ ਹੁੰਦੀ ਹੈ, ਕਰਮ ਕਰੋ ਆਪਦਾ। ਤੂੰ ਖੜੀ ਹੋ, ਚਾਹ ਬਣਾ, ਭਾਸ਼ਣ ਨਾ ਦੇ ਜਾਦੇ। ਬਣਾ ਦਿੰਦੀ ਹੈਗੀ ਚਾਹ, ਪਰ ਜਿਹੜੀ ਗੱਲ ਮੇਰੇ ਦਿਲ ਤੇ ਲੱਗ ਰਹੀ ਉਹਨੂੰ ਕਿਉਂ ਨੀ ਸਮਝਦਾ ਗਾ ਤੂੰ? ਮੈਂ ਕੋਈ ਨਾ, ਮੈਂ ਦੇਖੀ ਚੱਲ, ਤੂੰ ਹੌਲੀ ਹੌਲੀ ਮੈਂ ਵੀ ਤਲਾਕ ਕਰਾਊਂ ਇਹਦਾ, ਤੂੰ ਦੇਖਦਾ ਚੱਲ, ਮੈਂ ਵੀ ਰਹਿਣ ਨੀ ਦਿੰਦੀ ਉਰੇ। ਓਏ ਜੇ ਪੁੱਠੀਆਂ ਗੱਲਾਂ ਨਾ ਸੋਚਿਆ ਕਰ, ਪੁੱਠੀਆਂ ਗੱਲਾਂ ਤੂੰ ਨਾ ਸੋਚ, ਮੈਂ ਤਾਂ ਸੋਚੂਗੀ ਸਾਰਾ ਕੁਛ, ਹੱਥੋਂ ਕਮਾ ਕੇ ਰੱਖਦਾ ਤੂੰ, ਸਿਆਉਣਾ ਇਹ। ਓ ਭਾਗ ਜਾ, ਲੈ ਕਿੱਥੇ ਤਾਂ ਖੁਸ਼ ਹੋਣਾ ਸੀ ਵੀ ਮੇਰੀ ਨਾਲ ਦੀ ਭਰਜਾਈ ਆ ਭੈਣ ਆ ਗਈ, ਵੀ ਅਸੀਂ ਦੋਨੇ ਅੱਧੋ ਅੱਧ ਕੰਮ ਕਰਿਆ ਕਰੂੰਗੇ, ਇਹ ਲੱਗ ਗਈ ਲੈ ਮੈਂ ਤਲਾਕ ਕਰਾਊਂਗੀ, ਮਸਾਂ ਤਾਂ ਵਿਚਾਰੇ ਦਾ ਘਰ ਵਸਿਆ। ਬਾਹਲੀ ਪਾਗਲ ਜਨਾਨੀ ਆ ਯਾਰ, ਜੇ ਕਿਸੇ ਵੀ ਚੀਜ਼ ਦੀ ਤੈਨੂੰ ਕਮੀ ਦੱਸ, ਸਾਰਾ ਕੁਝ ਤੈਨੂੰ ਹਾਜ਼ਰ ਮਿਲਦਾ, ਫੇਰ ਵੀ ਪਤਾ ਨੀ ਇਹ ਕਿਉਂ ਨੀ ਸੁਣਦਾ ਮੇਰੀ ਗੱਲ, ਮੈਨੂੰ ਤਾਂ ਸਮਝ ਹੀ ਨੀ ਆਉਂਦੀ ਹੈਗੀ ਵੀ ਤੂੰ ਗੱਲ ਮੇਰੀ ਸਮਝ ਤਾਂ ਲੈ, ਵੀ ਆਪਣੇ ਹੱਥੋਂ ਤਾਂ ਸਾਰਾ ਕੁਛ ਗਿਆ, ਕਿੱਥੇ ਸਾਰੀ ਜ਼ਮੀਨ ਆਪਣੇ ਕੋਲੇ ਹੋਣੀ ਸੀ, ਐਂ ਲੋਟ ਆਉਂਦਾ ਇਹ। ਮੈਨੂੰ ਨਾ ਪੁਰਾਣਾ ਹਥਿਆਰ ਚੱਕਣਾ ਪਊਗਾ, ਹੁਣ ਫੇਰ ਹਿਸਾਬ ਚ ਆਊਗਾ ਇਹ। ਚੱਲ ਕਰਦੀ ਹਾਂ ਮੈਂ।
ਦਵਾਈ ਪਾ ਗਈ ਇਹਦੇ 'ਚ, ਮਤਲਬ ਤਾਂ ਸਿਉਂਕ ਖਾਈ ਜਾਂਦੀ ਆ, ਨਾਲੇ ਮੋਨੋ ਲਿਆ ਕੇ ਮਾਰ ਗਏ ਮਾੜੀ ਮਾੜੀ ਬੂਟਿਆਂ 'ਤੇ ਸਾਰਿਆਂ 'ਤੇ ਖਰਾਬ ਹੋਈ ਜਾਂਦੇ ਆ। ਦੇਖੀਏ ਚਾਹ ਦਾ ਬਣਿਆ ਮੂੰਹ ਸਿਰ ਕੋਈ, ਢੀਲ ਵੀ ਦੁਖੀ ਜਾਂਦੀ ਆ ਕੰਮ ਕਰਦਿਆਂ ਦੀ। ਕੰਮੋ ਉਹ ਕੰਮੋ ਮਤਲਬ ਸੌਣ ਆ ਗਈ ਹੋਵੇ। ਚੱਲ ਭਾਬੀ ਨੂੰ ਕਹਿੰਦੇ ਆ ਚਾਹ ਨੂੰ ਖਰਾ, ਰੱਬੀ ਜੀ ਪਤਾ ਨਹੀਂ ਕਿੱਥੇ ਆ, ਇਹਦੇ ਨਾਲ ਕੋਈ ਹੱਲ ਨਹੀਂ ਹੁੰਦਾ। ਅੰਬ ਜਿਆ ਲਾਇਆ ਸੀ ਵੀ ਨਹੀਂ ਹਰਾ ਹੋਇਆ, ਅੰਬ ਜਿਆ ਲਾਇਆ ਸੀ ਵੀ ਨਹੀਂ ਹਰਾ ਹੋਇਆ। ਚੱਲ ਚਾਹ ਦੇ ਨੇੜੇ ਹੋ ਗਏ ਪਹਿਲਾਂ। ਉਹ ਵਾਹਿਗੁਰੂ, ਉਹ ਵਾਹਿਗੁਰੂ, ਲੈ ਬਾਈ ਮੈਂ ਪਾ ਦਿੰਦੀ ਹਾਂ ਪਾਣੀ। ਨਾ ਨਾ ਬਸ ਭਾਈ ਪਾਣੀ ਨੂੰ ਹੀ ਪੀਣਾ ਮੈਂ ਤਾਂ, ਤੇ ਚਾਹ ਨਹੀਂ ਬਣਾਈ ਘੱਟ ਕੰਮੋ, ਸੌਂ ਕੀ ਹੋਣੀ ਆ ਨਾ ਮੇਰਾ। ਉਹ ਤਾਂ ਸੁੱਤੀ ਪਈ ਹੈਗੀ, ਚਾਹ ਤਾਂ ਮੈਂ ਬਣਾ ਲਈ, ਲੈ ਆਉਣੀ ਆ ਮੈਂ। ਨਾ ਕੰਮਾਂ ਤੋਂ ਕੀ ਕਰਾਉਣਾ ਬਾਈ, ਚਾਹ ਪੀਣੀ ਆ ਤੂੰ, ਚਾਹ ਮੈਂ ਲੈ ਆਉਣੀ ਆ। ਹਾਂ ਹਾਂ ਭਾਈ ਚਾਹ ਨੂੰ ਹੀ ਕਹਿਣਾ ਸੀ ਉਹਨੂੰ ਘੁੱਟ, ਚਾਹ ਬਣਾ ਲੈਂਦੀ। ਕੋਈ ਨਾ ਬਣੀ ਪਈ ਆ ਚਾਹ ਤਾਂ, ਤੇ ਤੂੰ ਅੰਦਰ ਚੱਲ, ਨਾਲੇ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ। ਮੇਰੇ ਨਾਲ? ਹਾਂ। ਕੀ ਹੋ ਗਿਆ, ਕੋਈ ਗੱਲਬਾਤ ਤਾਂ ਨਹੀਂ ਹੋ ਗਈ, ਲੜ ਤਾਂ ਨਹੀਂ ਪਈਆਂ ਭਾਈ ਤੂੰ ਤੇ ਕੰਮੋ? ਨਹੀਂ ਨਹੀਂ, ਲੜਨ ਵਾਲੀ ਮੈਂ ਐਡੀ ਭੈੜੀ ਦਿਸਦੀ ਆ, ਤੂੰ ਅੰਦਰ ਚੱਲ ਕੇਰਾ, ਮੈਂ ਚਾਹ ਲੈ ਕੇ ਆਉਣੀ ਆ। ਪਤਾ ਕੀ ਗੱਲ ਆ, ਉਹਦਾ ਵੀ ਮੈਨੂੰ ਸੁਭਾਅ ਨਹੀਂ ਨਾ ਪਤਾ ਹਲੇ, ਕਿਹੋ ਜਿਹਾ ਮੈਂ ਤਾਂ ਪੁੱਛ ਲਿਆ। ਚੱਲ ਫੜਾ ਦਿਓ ਭਾਈ ਘੁੱਟ ਚਾਹ। ਲੜ ਲੁੜ ਤਾਂ ਨੀ ਪਾਉਣਾ, ਲੈ ਦੱਸ ਵੱਡਾ ਆਇਆ ਗਾ, ਇਹਨੂੰ ਲਈਦੀ ਬਹੂ ਮਿਲੀ ਆ, ਮਿੰਟ ਚ ਹੀ ਬਦਲ ਗਿਆ ਵਿਆਹ ਕਰਵਾ ਕੇ, ਕਰਦੀ ਆ ਗੱਲ ਮੈਂ ਇਹਦੇ ਨਾਲ। ਆ ਜਾ ਭਾਈ ਲਿਆ। ਲੋ ਬਈ ਚਾ। ਆ ਭਾਈ ਇੱਕ ਟੈਲੀਫੋਨ ਜਿਹਾ ਲਿਆਂਦਾ ਸੀ, ਕੰਮੋ ਤਾਂ ਸੁੱਤੀ ਪਈ ਆ, ਠੀਕ ਆ ਇਹ? ਹੈਂ, ਐਪਲ ਦਾ ਫੋਨ ਆ, ਕਿੰਨੇ ਦਾ ਲਿਆਂਦਾ ਇਹ? ਇਹ ਭਾਈ ਹੋਊਗਾ 1,80,000 ਦਾ ਹੋਊਗਾ ਕਹਿੰਦੇ, ਇਹ ਪਤਾ ਨਹੀਂ ਆਹ ਕਹਿੰਦੇ ਮੈਕਸ ਮੈਕਸ ਪ੍ਰੋਆ ਪ੍ਰੋਆ ਆ ਕਹਿੰਦੇ, ਪਤਾ ਨਹੀਂ ਆਹ ਫੋਨ ਆ ਭਾਈ ਇਹ। ਫਿਰ ਉਹ ਕਹਿੰਦਾ ਵੀ ਕੰਮੋ ਨੂੰ ਨਾਲੇ ਮੈਂ ਪੜ੍ਹਨ ਲਾਉਣਾ, ਨਾਲੇ ਇਹਦੇ ਤੇ ਕੰਮ ਕੁੰਮ ਆ ਜਾਇਆ ਕਰੂ, ਕਹਿੰਦੇ ਸਾਰਾ ਕੰਮ ਹੀ ਇਹਦੇ ਤੇ ਹੋ ਜਾਇਆ ਕਰੂ, ਕਾਜ ਤਾਂ ਚੱਲ ਹੁਣ ਜਾਣਾ ਹੋਇਆ ਕਰੂ ਬਣ ਜਾਇਆ ਕਰੂ, ਨਹੀਂ ਜਾਣਾ ਹੋਇਆ ਕਰੂ ਨਾ ਜਾਇਆ ਕਰੂ, ਇਹਦੇ ਤੇ ਪੜ੍ਹ ਲਿਆ ਕਰੂ, ਕਿ ਨਹੀਂ ਉਹ ਨਾਲ ਉਹ ਲਿਆਉਣਾ ਪੈਂਦਾ ਜਿਹੜਾ ਖੋਲਦਾ ਹੁੰਦਾ ਟੈਪ। ਹਾਏ ਲੈਪਟਾਪ ਵੀ, ਲੈਪਟਾਪ ਹੁੰਦਾ ਉਹ? ਹਾਂ ਹੀ ਭਾਈ ਲੈਪਟਾਪ ਹੀ ਜਿਹੜਾ ਤੂੰ ਕਹਿੰਦੀ ਆ ਬਾਈ, ਲੈਪਟਾਪ ਨਹੀਂ ਹੁੰਦਾ, ਲੈਪਟਾਪ ਹੁੰਦਾ। ਅੱਛਾ ਹਾਂ ਹਾਂ ਭਾਈ ਆ ਹੀ ਆ ਭਾਈ, ਫੋਨ ਦਾ ਠੀਕ ਹੈ, ਟੈਲੀਫੋਨ ਠੀਕ ਤਾਂ ਹੈਗਾ ਬਾਈ, ਮੇਰੀ ਗੱਲ ਸੁਣੋ, ਆਹ ਫੋਨ ਇੰਨਾ ਮਹਿੰਗਾ ਲੈਣ ਦੀ ਕੀ ਲੋੜ ਸੀ, ਪੂਰਾ 2,00,000 ਰੁਪਇਆ ਲੱਗ ਗਿਆ ਇਹਤੇ। ਉਹ ਭਾਈ ਤੈਨੂੰ ਤਾਂ ਪਤਾ ਹੀ ਆ, ਮੈਂ ਤਾਂ ਕਦੇ ਖਰਚਾ ਨਹੀਂ ਕੀਤਾ, ਨਸ਼ਾ ਪੱਤਾ ਤੈਨੂੰ ਪਤਾ ਆਪਾਂ ਮੋਢੇ ਤੋਂ ਨਹੀਂ ਕੀਤਾ, ਇਹ ਕਹਿੰਦੀ ਮੈਂ ਆਹ ਲੱਗਣਾ ਸਕੂਲ 'ਚ, ਜਿਹੜੇ ਆਹ ਆਪਣੇ ਫੋਨ ਰੋਡ ਤੇ ਬਣਿਆ ਵਾ, ਵੱਡਾ ਸਕੂਲ ਹੀ ਬਣਿਆ ਵਾ। ਹਾਂ ਹਾਂ ਉੱਥੇ ਲੱਗਣਾ, ਕਾਲ ਜਾ ਹੁਣ ਵਾਲੇ। ਅੱਛਾ ਹਾਂ ਉਹੀ ਕਹਿੰਦੀ ਭਾਈ ਮੈਂ 14ਵੀਂ 'ਚ ਲੱਗਣਾ ਪੜ੍ਹਨ, ਤੇ ਤਾਂ ਹੀ ਮੈਂ ਕਹਿੰਦਾ। ਹਾਂ ਉਹ ਭਾਈ ਵੱਗ ਜਾ ਕਰੂ, ਘਰੇ ਕੰਮ ਕੁੰਮ ਇਹਦੇ ਤੇ ਆ ਜਾ ਕਰੂਗਾ, ਕਹਿੰਦੇ ਜਿਵੇਂ ਆਹ ਜਵਾਕਾਂ ਦਾ ਆਉਂਦਾ, ਆਹ ਬਿਮਾਰੀ ਜੀ ਆਈ ਸੀ ਭਾਈ, ਕਹਿੰਦੇ ਜੀ ਫੈਲੀ ਵੀ ਆ ਪਤਾ ਨੀ ਕਿਹੜੀ, ਕਰੋਨਾ। ਹਾਂ ਭਾਈ ਉਹਦੇ ਚ ਜਵਾਕ ਜਿਵੇਂ ਘਰੇ ਬਹਿ ਕੇ ਕੰਮ ਕਰਦੇ ਹੁੰਦੇ ਸੀ ਐ ਫੋਨਾਂ ਤੇ। ਆਹੋ ਆਨਲਾਈਨ ਕੰਮ ਆਉਂਦਾ ਹੁੰਦਾ ਸੀ ਬੱਚਿਆਂ ਨੂੰ। ਹਾਂ ਲੈਣ ਆਉਣ, ਉਹ ਨੀ ਭਾਈ ਲੈਣ ਆਉਣ, ਪੁੱਠਾ ਹੀ ਚੱਲਦਾ ਬਾਈ, ਕੋਈ ਗੱਲ ਤਾਂ ਸਿੱਧੀ ਕਹਿ ਲਿਆ ਕਰ, ਮੇਰੀ ਗੱਲ ਸੁਣੋ ਦੇਖ, ਹਜੇ ਤੁਹਾਨੂੰ ਕਿਸੇ ਗੱਲ ਬਾਰੇ ਕੋਈ ਪਤਾ ਨੀ, ਖਰਚਾ ਕਰ ਜੀ ਸਦਕੇ ਕਰ, ਪਰ ਸੋਚ ਸਮਝ ਕੇ, ਹਜੇ 4 ਦਿਨ ਵਿਆਹੀ ਨੂੰ ਹੋਏ ਨੇ ਉਹਨੂੰ,
ਦਿੱਤਾ, ਤੂੰ ਇੰਨਾ ਮਹਿੰਗਾ 2 ਲੱਖ ਰੁਪਏ ਦਾ ਫੋਨ ਲੈ ਕੇ ਦਿੱਤਾ, 2 ਲੱਖ ਆਪਣੇ ਕਿਤੇ ਹੋਰ ਕੰਮ ਆਉਂਦਾ। ਉਹ ਭਾਈ ਕੋਈ ਗੱਲ ਨੀ, ਤੈਨੂੰ ਪਤਾ ਮੈਨੂੰ ਤਾਂ ਇੰਨੇ ਰਸਤੇ ਮੁੜ ਗਏ ਸੀਗੇ, ਇਹਨੇ ਤਾਂ ਭੱਜ ਕੇ ਵਿਆਹ ਕਰਾ ਲਿਆ ਮੇਰੇ ਨਾਲ ਹੱਸ ਕੇ। ਮੈਨੂੰ ਕਹਿੰਦੀ ਮੈਂ ਤਾਂ ਖੁਸ਼ੀ ਬਹੁਤ ਆ ਤੇਰੇ ਨਾਲ ਵਿਆਹ ਕਰਾ ਕੇ। ਤਾਂ ਹੀ ਤਾਂ ਮੈਂ ਕਹਿੰਦੀ ਆ ਵੀ ਤੇਰੇ ਨਾਲ ਖੁਸ਼ ਹੋ ਕੇ ਵਿਆਹ ਕਰਵਾ ਲਿਆ ਫਟਾਫਟ, ਕੀ ਪਤਾ ਕੋਈ ਚਾਲ ਹੋਵੇ ਉਹਦੀ। ਨਾਲੇ ਮੈਂ ਤੈਨੂੰ ਰਿਸ਼ਤਾ ਕਰਵਾਉਂਦੀ ਸੀਗੀ, ਨਾਲੇ ਤਾਂ ਮੈਂ ਲੋਕਾਂ ਚ ਭੰਡੀ ਪਈ ਆ, ਹਰੇਕ ਕਹਿ ਦਿੰਦਾ ਮੂੰਹ ਚੱਕ ਕੇ ਇਹਨਾਂ ਦੇ ਮੁੰਡੇ ਦਾ ਰਿਸ਼ਤਾ ਨੀ ਹੁੰਦਾ, ਭਾਬੀ ਨੀ ਹੋਣ ਦਿੰਦੀ ਗੀ, ਭਾਨੀ ਮਾਰ ਦਿੰਦੀ ਏ। ਭਾਈ ਗੱਲ ਸੁਣ, ਇਹਦੇ ਬਾਰੇ ਤਾਂ ਆਪਾਂ ਨੂੰ ਨਹੀਂ ਪਤਾ, ਆਪਾਂ ਨੂੰ ਆਪਣੀ ਭੂਆ ਬਾਰੇ ਤਾਂ ਪਤਾ ਜਿਹਨੇ ਮੇਰਾ ਘਰ ਵਸਾਇਆ। ਭੂਆ ਬਾਰੇ ਵੀ ਮੈਨੂੰ ਸਭ ਕੁਛ ਪਤਾ, ਭੂਆ ਨੇ ਪਹਿਲਾਂ ਕਿਸੇ ਦਾ ਰਿਸ਼ਤਾ ਕਰਵਾਇਆ ਸੀ, ਟੁੱਟ ਗਿਆ ਸੀ ਉਹ ਰਿਸ਼ਤਾ, ਠੱਗੀ ਮਾਰਤੀ ਸੀ ਉਹਨੇ। ਠੱਗੀ ਮਾਰਤੀ ਸੀ, ਸਮਝ ਲਿਆ ਕਰ ਮਾੜਾ ਮੋਟਾ ਕੁਛ, ਮੈਂ ਤਾਂ ਜਵਾਬ ਦਿੰਦੀ ਸੀ ਭੂਆ ਨੂੰ, ਮੈਨੂੰ ਪਤਾ ਸੀਗਾ ਉਹਦਾ। ਦੇਖ ਬਾਈ ਮੇਰੀ ਗੱਲ ਸੁਣ, ਅੱਜ ਕੱਲ ਖਬਰਾਂ ਆਉਂਦੀਆਂ ਨੇ ਨਵੀਆਂ ਤਾਜ਼ੀਆਂ, ਆ ਸਾਰਾ ਦਿਨ ਆਹੀ ਕੁਛ ਦਿਖਾਉਂਦੇ ਨੇ ਵੀ ਫਲਾਨੇ ਨੇ ਵਿਆਹ ਕਰਾਇਆ ਸੀ ਤੇ ਠੱਗੀ ਮਾਰ ਗਈ, ਲੁੱਟ ਕੇ ਲੈ ਗਈ। ਤੇ ਨਾਲੇ ਇੱਕ ਗੱਲ ਹੋਰ ਸੱਚ, ਇਹ ਤੈਨੂੰ ਪਤਾ ਇਹ ਠੱਗੀਆਂ ਮਾਰਨ ਕਿੱਥੇ ਜਾਂਦੀਆਂ ਨੇ? ਜਿੱਥੇ ਜ਼ਮੀਨ ਜਾਂ ਹੋਵੇ, ਇਹ ਠੱਗੀਆਂ ਮਾਰਨ ਪਤਾ ਕਿੱਥੇ ਜਾਂਦੀਆਂ ਨੇ? ਦੇਖ ਬੰਦੇ ਨੂੰ ਰਿਸ਼ਤਾ ਨਾ ਹੁੰਦਾ ਹੋਵੇ ਤੇ ਉਮਰ ਵੱਡੀ ਹੋਵੇ ਤੇ ਜ਼ਮੀਨ ਹੋਵੇ, ਉੱਥੇ ਜਾਂਦੀਆਂ ਨੇ ਇਹ। ਗੱਲ ਤਾਂ ਮੈਨੂੰ ਭਾਬੀ ਦੀ ਸਹੀ ਲੱਗਦੀ ਆ, ਨਾ ਤਾਂ ਇਹਨੇ ਕਦੇ ਮੈਨੂੰ ਰੋਟੀ ਪਾਣੀ ਤੋਂ ਰੋਕਿਆ ਸੀ ਭਾਬੀ ਨੇ, ਇਹ ਕਿਹੜਾ ਹੁਣ ਮੇਰੇ ਬਾਰੇ ਮਾੜਾ ਸੋਚੂਗੀ। ਗੱਲਾਂ ਨੇ ਕਹਿਣਾ ਉਹ ਵੀ ਸੱਚੀਆਂ ਕਹਿਣਾ, ਮੇਰੀ ਉਮਰ ਵੀ ਜ਼ਿਆਦਾ ਆ, ਰਿਸ਼ਤੇ ਵੀ ਮੇਰੇ 20 ਮੁੜ ਗਏ ਸੀ ਅਤੇ ਜ਼ਮੀਨ ਵੀ ਮੇਰੇ ਕੋਲ 6 ਕਿੱਲੇ ਆ, ਅਤੇ 7 ਮਹੀਨਾ ਕੰਮ ਉਹ ਮੇਰੇ ਨਾਲ ਠੱਗੀ ਧੋਖਾ ਕਰਦੀ। ਹੁਣ ਮੈਨੂੰ ਤਾਂ ਟੈਨਸ਼ਨ ਜੀ ਪੈ ਗਈ ਵੀ ਆਹ 2 ਲੱਖ ਦਾ ਹਾ ਚੱਕ ਲੈਂਦਾ ਪਹਿਲੀ ਥੀਂ, ਕਿਤੇ ਉਹੀ ਕੰਮ ਨਾ ਹੋ ਜੇ। ਚੱਲ ਕੋਈ ਨਾ, ਵਾਹਿਗੁਰੂ ਜਿਵੇਂ ਕਰੂਗਾ ਭਲੀ ਕਰੂਗਾ, ਦੇਖਦੇ ਹਾਂ ਚੱਲ ਕੀ ਬਾਤ। ਹਾਏ ਕਿੱਧਰ ਜਾਂਦੀ ਆ? ਲੈ ਕਿੱਧਰ ਜਾਂਦੀ ਆ ਕੇ, ਤੂੰ ਮਗਰੋਂ ਬੋਲ ਮਾਰ ਦਿਆ ਕਰ ਮੈਨੂੰ, ਚੰਗਾ ਨਿਕਲ ਨਾ ਦਿਆ ਕਰ ਕਿਸੇ ਪਾਸੇ ਮੈਨੂੰ। ਕਹਿੰਦੀ ਬੋਲ ਮਾਰਤਾ, ਕਰਦੀ ਤਾਂ ਐ ਜਿਵੇਂ ਵੱਡੀ ਫੈਕਟਰੀ ਆ ਉਦੋਂ ਘਾਟਨ ਕਰਨ ਜਾਂਦੀ ਹੋਵੇ। ਉਦਘਾਟਨ ਨਹੀਂ ਹੁੰਦਾ ਨਾਲੇ, ਉਦਘਾਟਨ ਹੁੰਦਾ ਹੈ। ਓ ਯਾਰ ਕੁਛ ਮਰਜ਼ੀ ਹੋਏ, ਹੈ ਤੇ ਖੋਲਣੀ ਨਵੀਂ ਫੈਕਟਰੀ। ਬੇ ਨਵੀਂ ਫੈਕਟਰੀ ਨਹੀਂ ਖੋਲਣ ਜਾਂਦੀ ਮੈਂ, ਮੈਂ ਤਾਂ ਤਾਈ ਕੋਲੇ ਜਾ ਕੇ ਆਉਣੀ ਆ। ਤਾਈ ਕੋਲ ਕੀ ਕੰਮ ਆ? ਦੁਪਹਿਰੇ ਨਾਲੇ ਤੈਨੂੰ ਪਹਿਲਾਂ ਕੰਮ ਦੱਸੋ, ਸਾਰੀ ਡਿਟੇਲ ਪੁੱਛਦਾ ਹੁੰਦਾ ਮੈਥੋਂ, ਨਾ ਮੈਂ ਜਾ ਨਹੀਂ ਸਕਦੀ ਬਾਹਰ। ਉਹ ਜਾ ਸਕਦੀ ਆ, ਸ਼ਾਮ ਨੂੰ ਬਾਗ ਜੀ ਬਿਮਾਰ ਹੋ ਗਈ ਹੈ, ਜੇ ਬੁਖਾਰ ਹੋ ਗਿਆ ਨਾ ਅੱਜ ਕੱਲ੍ਹ, ਨਾ ਟਾਈਫਾਇਡ ਦਾ ਉਹ ਚੱਲੀ ਜਾਂਦਾ ਫੁਹਾਰਾ ਆ, ਜੇ ਟਾਈਫਾਇਡ ਹੋ ਗਿਆ ਨਾ ਤੈਨੂੰ 7-8 ਦਿਨ ਅਸੀਂ ਬੈਠੀ ਰਹੇਗੀ, ਨਾਲੇ ਉਹ ਅੰਦਰਲੀਆਂ ਦਾ ਬੁਖਾਰ ਹੁੰਦਾ ਨਾਲੇ। ਚੱਲ ਕੋਈ ਨਹੀਂ, ਠੀਕ ਨਹੀਂ ਹੋਣੀ। ਕੋਈ ਨਾ, ਫਿਰ ਤੈਨੂੰ ਤਾਂ ਕੋਈ ਦੁੱਖ ਹੈ ਨਹੀਂ ਨਾਲੇ, ਹੁਣ ਰੋਟੀਆਂ ਪਕਾਉਣ ਵਾਲੀ ਤਾਂ ਆ ਰਹੀ ਹੈਗੀ, ਚਾਹ ਪਾਣੀ ਵੀ ਕਰਕੇ ਦੇ ਦਿਆ ਕਰੂਗੀ, ਤੈਨੂੰ ਕਾਹਦਾ ਦੁੱਖ ਹੈ? ਨਾਲੇ ਤੂੰ ਤਾਂ ਮੈਨੂੰ ਦਵਾਈ ਵੀ ਨਹੀਂ ਲਿਆ ਕੇ ਦਿੰਦਾ ਹੁੰਦਾ, ਇੱਕ ਦਿਨ ਸਿਰ ਦੁਖੀ ਆਉਂਦਾ ਸੀ, ਗੋਲੀ ਨਹੀਂ ਲਿਆ ਕੇਤੀ, ਤੇ ਉਹਨੇ ਦੇਖ ਲਾ 2 ਲੱਖ ਦਾ ਫੋਨ ਲਿਆ ਕੇ ਦਿੱਤਾ ਉਹਨੂੰ। ਕੀ? ਕਿਹਨੇ ਲਿਆ 2 ਲੱਖ ਦਾ? 2 ਲੱਖ ਦਾ ਫੋਨ ਆ, ਵੱਡੇ ਨੇ। ਕਿਹਨੂੰ? ਕੰਮਾਂ ਨੂੰ। 2 ਲੱਖ ਦਾ? ਹਾਂ, ਤਾਂ ਹੀ ਲੜਦੀ ਆ ਮੈਂ, ਦਿਮਾਗ ਫਿਰਿਆ ਪਿਆ ਮੇਰਾ। 2 ਲੱਖ ਘਰ ਤੇ ਲਾਉਂਦੇ, ਮੁਰੰਮਤ ਕਰਾ ਲੈਂਦੇ ਮਾੜੀ ਮੋਟੀ ਜਿਹੜੀ ਰਹਿੰਦੀ ਸੀ। ਨਵਾਂ ਘਰ ਆ, ਇਹਨੂੰ ਮੁਰੰਮਤ ਵਾਲੀ ਕੀ ਕਰ, ਫੇਰ ਲਿਆਦਾ ਫਿਰ ਕੀ ਹੁੰਦਾ? ਬੇ ਕੁਛ ਹੋਰ ਬਣਾ ਲੈਂਦੇ 2 ਲੱਖ ਦਾ। ਉਹ ਚੱਲ ਯਾਰ ਲਿਆਤਾ ਸੀ ਨਾ। ਗੱਲ ਕੀ ਕਹਿੰਦੀ ਪਈ ਸੀ? ਮੈਂ ਹਾਂ ਚ ਰੋਟੀਆਂ ਪਕਾਉਣ ਵਾਲੀ ਗੱਲ ਕਹਿੰਦੇ ਨਾ, ਜੇ ਤੈਨੂੰ ਮੇਰੇ ਤੂੰ ਘਰ ਵਾਲੀ ਆ, ਜੇ ਤੂੰ ਬਿਮਾਰ ਹੋਈ ਪੈਸੇ ਤਾਂ ਮੇਰੇ ਲੱਗਣਗੇ, ਇਹਨੂੰ ਕੱਲੀ ਰੋਟੀਆਂ ਦੇ, ਬਸ ਰੋਟੀਆਂ ਘਰ ਦੀ ਗੱਲ ਉੱਥੇ ਹੀ ਲਿਆਉਂਦੀ ਹੈ। ਬੇ ਪੈਸੇ ਤਾਂ ਤੂੰ ਤਾਂ ਲਾਵੇਂਗਾ ਜੇ ਘਰੇ ਬਚਣਗੇ, ਜਦੋਂ 2-2 ਲੱਖ ਰੁਪਏ ਦੀਆਂ ਚੀਜ਼ਾਂ ਆਉਣ ਲੱਗ ਗਈਆਂ ਘਰੇ, ਤੇ ਰੁਪਈਏ ਕਿਵੇਂ ਬਚਣਗੇ? ਓਏ ਆਪਦੇ ਹਿੱਸੇ ਦਾ ਲਾਤਾ ਯਾਰ, ਉਹ ਸ਼ਾਮ ਜਮੀ ਕਰੀ ਬੈਠੇ ਜੀ। ਆਦੇ ਹਿੱਸਾ ਹੀ ਸਮਨ ਨੂੰ ਨਾ ਕਹਿਆ ਕਰ, ਆਪਦੇ ਹਿੱਸੇ ਆਪਦੇ। ਅੱਜ ਤਾਂ ਉਹ 2 ਲੱਖ ਰੁਪਏ ਆਪਦੇ ਹਿੱਸੇ ਦਾ ਲਾਉਂਦਾ, ਕੱਲ ਨੂੰ ਜ਼ਮੀਨ ਵੇਚ ਦੂ ਆਪਦੇ ਹਿੱਸੇ ਦੀ, ਫਿਰ ਲੈ ਲਈ ਤੂੰ ਕੀ ਲਵੇਂਗਾ? ਤੇ ਵੇਚ ਦੇ ਯਾਰ। ਹਾਂ ਇਹੀ ਤਾਂ ਤੂੰ ਚਾਹੁੰਦਾ। ਹੌਲੀ ਬੋਲਣ ਵਾਲੇ,
ਜਨਾਨੇ ਦੀ ਆਦਤ ਕੀ ਹੈ ਜੇ ਵੱਡਾ ਜੇ ਵਿਆਹ ਹੋਜੂ ਤੇ ਉਹ ਆ ਗਈ ਉਹ ਪਹਿਲਾਂ ਤੂੰ ਕੱਲੀ ਕੰਮ ਕਰਦੀ ਜੀ ਉਹ ਕਰ ਲੂ ਨਾਲ ਫੇਰ ਕੀ ਹੋਜੂਗਾ ਹੈ ਰੋਟੀ ਗੱਲ ਸੁਣ ਲੈ ਇੱਕ ਨਾਲ ਲੈ ਕੇ ਕੀ ਜਾਣਾ ਚਾਰ ਰੋਟੀਆਂ ਤੋਂ ਬਾਅਦ ਤੂੰ ਖਾਂਦੀ ਨੀ ਹੈ ਦੋ ਤੜਕੇ ਖਾਣੇ ਦੋ ਹੱਥ ਨੇ ਖਾਣੀ ਹੈ ਫਿਰ ਕੀ ਹੁਣ ਮੰਨ ਲਓ ਉਹਦੀ ਜ਼ਮੀਨ ਫਿਰ ਕਿਹੜਾ ਤੂੰ ਪਰੌਠੇ ਖਾਣ ਲੱਗ ਜਾਏਗੀ ਜਾਂ ਹੋਰ ਕੁਛ ਖਾਣ ਲੱਗੇ 10 ਰੋਟੀਆਂ ਖਾਣ ਲੱਗ ਜਾਏਗੀ ਖਾਣਾ ਪੀਣਾ ਤਾਂ ਓਨਾ ਹੀ ਆ ਬੇ ਮਨ ਨੂੰ ਸ਼ਾਂਤੀ ਤਾਂ ਰਹਿੰਦੀ ਹੈ ਨਾਲੇ ਜਿੱਦੇ ਮਰੀ ਤੈਨੂੰ ਤਾਂ ਨਾਲ ਲੈ ਕੇ ਜਾਊਂ ਮੈਂ ਇੱਥੇ ਨੀ ਛੱਡ ਕੇ ਜਾਂਦੀ ਤੈਨੂੰ ਨਾਲੇ ਸਾਰੀ ਜ਼ਮੀਨ ਲੈ ਕੇ ਜਾਊਂ ਤੇ ਮੇਰੀ ਗੱਲ ਸੁਣ ਲਾ ਹੁਣ ਮੈਂ ਤਾਈ ਕੋਲੇ ਜਾ ਕੇ ਆਉਂਦੀ ਹਾਂ ਉਹ ਨਾ ਭੋਗ ਤੇ ਜਾਣਾ ਸੀਗਾ ਮੈਂ ਤਾਂ ਪੁੱਛਣ ਜਾਂਦੀ ਵੀ ਕਿੰਨੇ ਕੁ ਜਾਣੇ ਜਾਣਗੇ ਹਰੇਕ ਗੱਲ ਪੁੱਛਣ ਕੇ ਪੰਗਾ ਲੈ ਲਿਆ ਪੰਗਾ ਲੈ ਲਿਆ ਬਹਿ ਜਾ ਅੰਦਰ ਜਾ ਕੇ ਗਰਮੀ ਚ ਮਰੀ ਜਾਂਦਾ ਲੈ ਗਈ ਤਾਂ ਸਾਰੀ ਠੂਠੀ ਤਾਂ ਲਾਤੀ ਮਾਤਾ ਦੀ ਤੇ ਆ ਬਾਬੇ ਦੇ ਲੱਡੂ ਅਸੀਂ ਕਿਹਾ ਸੀ ਬਾਬੇ ਨੂੰ ਵੀ ਅਸੀਂ ਧਰਦੀ ਮੈਨੂੰ ਐ ਕਿ ਟੂਣਾ ਗਵਾਂਢਣ ਕਰਦੀ ਇਹਦੇ ਮੇਰੇ ਸਾਲਿਆਂ ਦੀ ਇਹ ਕਰਦੀ ਕੋਈ ਨਾ ਕਰਦਾ ਇਹਨੂੰ ਲੋਟ ਨੂੰ ਪਤਾ ਵੀ ਨਾ ਲੱਗ ਜੇ ਇਹਨਾਂ ਨੂੰ ਤਾਂ ਉਹਦੀ ਪੁੱਛਣ ਲੱਗ ਜੂਗਾ ਤਾਂ ਕੀ ਲੈ ਕੇ ਆਈਆਂ ਲੁਕੋ ਲਾਂ ਕੋਈ ਨਾ ਹੁਣ ਦੇਖੀ ਕਰਦੀ ਇਹਨਾਂ ਨੂੰ ਮੈਂ ਹਿਸਾਬ ਚਾਬ ਦੇ ਹੁਣ ਮੈਂ ਜਿਹੜਾ ਕੁਛ ਬਾਬੇ ਨੇ ਦੱਸਿਆ ਨਾ ਇਹ ਸਾਰਾ ਕੁਛ ਲੈ ਆਂਦਾ ਤੇ ਹੁਣ ਕਰੂੰ ਮੈਂ ਇਹਨਾਂ ਤੇ ਕੰਮ ਸਾਰਾ ਜਾਦੂ ਜਦੋਂ ਬਾਬੇ ਦਾ ਫਿਰ ਗਿਆ ਨਾ ਇਹਨਾਂ ਤੇ ਫਿਰ ਪਤਾ ਲੱਗੂ ਇਹ ਕੀ ਜਾਣਨਗੇ ਆਪਦੇ ਆਪ ਨੂੰ ਪਹਿਲਾਂ ਵੀ ਮੈਂ ਆਹੀ ਕੁਛ ਕਰਦੀ ਰਹੀ ਹਾਂ ਤੇ ਹੁਣ ਵੀ ਫਿਰ ਮੇਰੇ ਬੱਸ 'ਚ ਹੋਣਗੇ ਸਾਰੇ ਕੀ ਹੋ ਗਿਆ ਗੱਲ ਸੁਣ ਤੂੰ ਮੇਰੀ ਗੱਲ ਆਏ ਆ ਡਰਾਈ ਦਿੱਤੇ ਕੀ ਗੱਲ ਹੋ ਗਈ ਕੋਈ ਗੱਲਬਾਤ ਤਾਂ ਨਹੀਂ ਹੋ ਗਈ ਉਹ ਗੱਲਬਾਤ ਕੋਈ ਨਹੀਂ ਹੋਈ ਗੱਲ ਸੁਣ ਤੂੰ ਮੇਰੀ ਗੱਲਬਾਤ ਬਾਹਲੀ ਵੱਡੀ ਹੋਣੀ ਆ ਜੇ ਬਾਬਾ ਮੈਨੂੰ ਪਹਿਲਾਂ ਪਤਾ ਲੱਗ ਗਿਆ ਹੋਣੀ ਆ ਕਿਉਂ ਕੀ ਹੋ ਗਿਆ ਇਹੋ ਜਿਹਾ ਦੇਖ ਆਪਾਂ ਹੈਗਾ ਦੋ ਸਕੇ ਭਰਾ ਕਹਿੰਦੇ ਆਪਦਾ ਵੱਡੂ ਸਾਵੇਂ ਦੇ ਸੱਟੂ ਆ ਹਾਂ ਇਹ ਤਾਂ ਗੱਲ ਹੈਗੀ ਆ ਜਿਹੜੀ ਤੇਰੀ ਭਾਬੀ ਹੈ ਉਹ ਬਗਾਨੇ ਵਾਲੀ ਗੱਲ ਕਰ ਰਹੀ ਹੈ ਤੇਰੇ ਨਾਲ ਬਗਾਨੇ ਵਾਲੀ ਗੱਲ ਗੱਲ ਆਏ ਆ ਮੈਨੂੰ ਸਾਫ਼ ਸਾਫ਼ ਦੱਸ ਮੈਂ ਸਮਝਿਆ ਨਹੀਂ ਸਮਝਿਆ ਤਾਂ ਪਹਿਲਾਂ ਮੈਂ ਵੀ ਨਹੀਂ ਸੀ ਮੈਨੂੰ ਤਾਂ ਐਂ ਸੀ ਚੱਲ ਚੌੜ ਕਰਦੀ ਆ ਹਾਸੀ ਮਜ਼ਾਕ ਕਰਦੀ ਆ ਪਰ ਉਹ ਤਾਂ ਸੀਰੀਅਸ ਹੋਈ ਬੈਠੀ ਆ ਦੱਸਾਂ ਕਿਵੇਂ ਪਹਿਲਾਂ ਤਾਂ ਮੈਨੂੰ ਐਂ ਸੀ ਗਵਾਂਢਣ ਟੂਣਾ ਕਰਦੀ ਆ ਮੈਂ ਚੱਕ ਕੇ ਸਿੱਟਿਆ ਹੁੰਦਾ ਸੀ ਅੱਜ ਮੈਂ ਆਪਦੇ ਅੱਖੀ ਦੇਖਿਆ ਤੇਰੀ ਭਾਬੀ ਟੂਣਾ ਕਰਦੀ ਆ ਟੂਣਾ ਕਿਹਦੇ ਕਰਕੇ ਕਰਦੀ ਆ ਤੈਨੂੰ ਪਤਾ ਮੈਨੂੰ ਤਾਂ ਨਹੀਂ ਯਾਰ ਕੁਛ ਪਤਾ ਦੱਸਾਂ ਤੁਹਾਡੇ ਕਰਕੇ ਵੀ ਤੁਹਾਡੇ 'ਚ ਦੋਨਾਂ ਕਲੇਸ਼ ਪਵੇ ਅੱਛਾ ਦੋਨਾਂ ਕਲੇਸ਼ ਪਊਗਾ ਤੇ ਤੁਸੀਂ ਅੱਡੋ ਅੱਡ ਹੋਵੇ ਤੇਰਾ ਤਲਾਕ ਹੋ ਜੇ ਤੂੰ ਸੜਾ ਰਹੇ ਨੇ ਪਰ ਤੇਰੀ ਜ਼ਮੀਨ ਹੈ ਜਿਹੜੀ ਉਹ ਅਸੀਂ ਲੈ ਲਈਏ ਹੈ ਪੰਗਾ ਤਾਂ ਐਂ ਸੋਚੀ ਜਾਂਦੀ ਆ ਮੈਨੂੰ ਲੱਗਦਾ ਨਾ ਕੰਮੋਂ ਸੱਚ ਹੀ ਕਹਿੰਦੀ ਸੀ ਕਹਿੰਦੀ ਨਾ ਰਿਸ਼ਤਾ ਤਾਂ ਤੁਹਾਨੂੰ ਬਹੁਤ ਟਾਈਮ ਪਹਿਲਾਂ ਹੋ ਜਾਣਾ ਸੀ ਤੇਰੀ ਭਾਬੀ ਨਾ ਵਿੱਚ ਢੋਚੜਾ ਦਿੰਦੀ ਸੀ ਕਿਸੇ ਨੂੰ ਕਿਹਾ ਆਉਂਦੀ ਸੀ ਇਹ ਕਿਵੇਂ ਆ ਕਿਸੇ ਨੂੰ ਕਹਿੰਦੀ ਸੀ ਨਸ਼ੇ ਕਰਦਾ ਕਿਸੇ ਨੂੰ ਕਹਿੰਦੀ ਸੀ ਇਹ ਚਿੱਟਾ ਲਾਉਂਦਾ ਕਿਸੇ ਨੂੰ ਕਿਹਾ ਆਉਂਦੀ ਸੀ ਸ਼ਰਾਬ ਪੀਂਦਾ ਮੈਨੂੰ ਕੰਮ ਉਹਨੇ ਦੱਸੀ ਸੀ ਇਹ ਗੱਲ ਹੋਰ ਉਹ ਮੈਨੂੰ ਬਾਹਲੇ ਵਾਰ ਰੋਕਿਆ ਜੀ ਪਹਿਲਾਂ ਮੈਂ ਇੱਕ ਦੋ ਵਾਰ 'ਚ ਰੁਕ ਗਿਆ ਸੀ ਜਦੋਂ ਮੈਨੂੰ ਭੂਆ ਨੇ ਕਿਹਾ ਵੀ ਐਂ ਕਰਕੇ ਇਹਦੀ ਗੱਲ ਦੱਸਦੀ ਸੀ ਉਦੋਂ ਮੈਨੂੰ ਯਕੀਨ ਨਹੀਂ ਆਇਆ ਪਰ ਮੈਂ ਰਿਸ਼ਤਾ ਤੇਰਾ ਕਰਾਤਾ ਤਾਂ ਹੀ ਭੂਆ ਨੂੰ ਭੂਆ ਤੇ ਮੈਂ ਦੋਨੇ ਰਲ ਕੇ ਤੇਰਾ ਤਾਂ ਹੀ ਵਿਆਹ ਕਰਾਇਆ ਗੱਲ ਸੁਣ ਲੈ ਤੇ ਮੈਂ ਸਕੀਮ ਦੱਸਦਾ ਐਵੇਂ ਕਰੀ ਲੈ
ਠੀਕ ਆ ਐਵੇਂ ਕਰੀ ਤੂੰ ਬਸ ਠੀਕ ਆ ਤੇ ਮੁੜ ਕੇ ਆ ਪੁੱਤ ਤੋਂ ਫੜਾਂਗੇ ਇਹਨੂੰ ਤੈਨੂੰ ਦੇਖਿਆ ਦੁੱਖਿਆ ਤਾਂ ਨਹੀਂ ਉਹਨੇ ਇਹ ਕੰਮ ਦੇਖਦੇ ਨੂੰ ਬਸ ਤੁਸੀਂ ਲੜਾਈ ਕਰਨੀ ਹੈ ਦੋਨੇ ਜੀਆਂ ਨੇ ਹੈ ਲੜਾਈ ਕਰਨੀ ਆ ਤੇ ਬਸ ਇੱਕ ਤਰ੍ਹਾਂ ਇਹਨੂੰ ਭੇਜ ਦਾਂਗੇ ਉਦੋਂ ਬਾਅਦ ਜਦੋਂ ਇਹਨੇ ਪਤਾ ਲੱਗ ਜਾਂਦਾ ਅਸਲੀ ਚਿਹਰਾ ਆ ਗਿਆ ਉਦੋਂ ਬਾਅਦ ਆਪਾਂ ਬੁਲਾ ਲਾਂਗੇ ਬਸ ਠੀਕ ਆ ਠੀਕ ਆ ਕੋਈ ਗੱਲ ਨਹੀਂ ਜੀ ਹੋ ਲੱਗਦਾ ਉਹ ਆ ਤੂੰ ਜਾ ਉਹ ਚੰਗਾ ਮੈਂ ਸੌਣਾ ਚਾਹਾਂਗਾ ਕਮਰੇ 'ਚ ਜਾ ਠੀਕ ਆ ਲੈ ਹੈ ਦੇਖ ਲਾ ਕਿਹੋ ਜੀ ਹੈ ਮੇਰਾ ਘਰ ਪੱਟਣ 'ਤੇ ਹੋ ਗਿਆ ਓਏ ਇਹਦਾ ਡੈਣਾ ਨਾਲ ਵੀ ਭੈੜੀ ਆ ਇਹਦਾ ਸੋਹਣੀ ਨਾਲ ਹੈ ਪਈ ਜਾ ਮਾੜਾ ਜਿਹਾ ਲੈ ਚਾਹ ਤਾਂ ਬਣ ਗਈ ਚਾਹ ਦਾ ਤਾਂ ਟਾਈਮ ਹੀ ਆ ਹੁਣ ਬਸ ਹੁਣ ਕਰ ਦਿੰਦੀ ਹਾਂ ਕੰਮ ਮੈਂ ਚਾਹ 'ਚ ਹੀ ਪਾਉਂ ਦੇਖ ਵੀ ਨਾ ਲਵੇ ਕਿਤੇ ਇਹਨਾਂ ਦਾ ਕੰਮ ਐਂ ਕਰੂੰ ਮੈਂ ਉਹ ਨਹੀਂ ਲੋਟ ਆਉਂਦੇ ਸੀ ਇਹ ਲੈ ਬਾਬਾ ਕੰਮ ਕਰਦੀ ਹੁਣ ਇਹਨਾਂ ਦਾ ਤਲਾਕ ਹੋ ਜਾਵੇ ਬਸ ਗੱਲ ਖਤਮ ਫੇਰ ਚੱਕ ਬਾਈ ਲੈ ਚਾਹ ਪੀ ਲਾ ਚਾਹ ਲਈ ਭਾਬੀ ਜੀ ਵਾਹ ਕਮਾਲ ਕਰਤੀ ਬੜਾ ਖਿਆਲ ਰੱਖਦੀ ਤੂੰ ਤਾਂ ਮੇਰਾ ਲੈ ਹੋਰ ਹੁਣ ਪਹਿਲਾਂ ਵੀ ਤਾਂ ਮੈਂ ਹੀ ਖਿਆਲ ਰੱਖਦੀ ਹੁੰਦੀ ਸੀਗੀ ਸਹੀ ਗੱਲ ਆ ਕੰਮੋਂ ਨਾ ਸੁੱਤੋ ਹੀ ਪਈ ਰਹਿੰਦੀ ਆ ਸਾਰਾ ਦਿਨ ਨਹੀਂ ਉੱਠਦੀ ਪਤਾ ਨਹੀਂ ਕੀ ਹੋਇਆ ਇਹਨੂੰ ਕੀ ਨਾ ਉਹ ਕੰਮ ਕਰਨ ਦੀ ਮਾਰੀ ਉਹਨੂੰ ਐ ਹੋਊਗਾ ਵੀ ਹੁਣ ਮੈਂ ਕੰਮ ਵੀ ਨਵੀਂ ਨਵੀਂ ਵਿਆਹੀ ਆ ਕਿਤੇ ਮੇਰਾ ਚੂੜਾ ਚਾੜਾ ਨਾ ਖਰਾਬ ਹੋ ਜਾਏ ਐ ਵੀ ਹੋ ਜਾਂਦਾ ਲੈ ਐਂ ਕਰ ਹਾਂ ਉਹਨਾਂ ਪਾਣੀ ਲਿਆ ਦੇ ਮੈਂ ਗੋਲੀ ਲੈਣੀ ਆ ਦਵਾਈ ਲੈਤੀ ਨਹੀਂ ਅੱਜ ਤੜਕੇ ਦੀ ਗੋਲੀ ਫੇਰ ਲੈ ਲਈ ਪਹਿਲਾਂ ਚਾਹ ਪੀ ਲਾ ਚਾਹ ਪੀ ਲੂੰਗਾ ਮੈਂ ਤੂੰ ਲਿਆ ਤਾਂ ਸਹੀ ਲਿਆ ਦਿੰਦੀ ਚੱਲ ਲੈ ਬਾਈ ਪਾਣੀ ਓਹੋ ਮੈਂ ਤਾਂ ਭਾਬੀ ਚਾਹ ਨਾਲ ਹੀ ਲੈ ਲਈ ਗੋਲੀ ਚਾਹ ਨਾਲ ਗੋਲੀ ਲੈ ਲਈ ਤੇ ਪਾਣੀ ਲੈ ਕੇ ਆਈ ਸੀ ਮੈਂ ਇੰਨੀ ਗਰਮ ਜਾ ਐਂ ਕਿਵੇਂ ਪੀ ਗਿਆ ਛੇਤੀ ਲੱਗਦਾ ਕੰਮ ਕਰ ਪਾਣੀ ਪੀਣਾ ਨੀ ਹੁਣ ਦੇਖਾਂ ਕੱਪੀ ਫੜਾ ਦੇ ਮੈਨੂੰ ਲੈ ਤਾਂ ਰਿਆਉਂਗੀ ਮੈਂ ਚਾਹ ਇੰਨੀ ਛੇਤੀ ਪੀ ਗਿਆ ਮੁਕੁਮਦ ਦੀ ਨਾ ਟੈਨਸ਼ਨ ਮਨ ਕੰਮ ਤਾਂ ਨਾ ਲਾ ਲੂੰ ਮੈਨੂੰ ਗੁੱਸਾ ਚੜਨ ਲੱਗ ਗਿਆ ਹੁੰਦਾ ਤੂੰ ਤਾਂ ਮੇਰਾ ਇੰਨਾ ਧਿਆਨ ਰੱਖਦੀ ਆ ਲੈ ਹੋਰ ਬਾਈ ਮੈਂ ਤਾਂ ਕਿੰਨਾ ਖਿਆਲ ਰੱਖਦੀ ਆ ਮੈਂ ਤਾਂ ਪਹਿਲਾਂ ਵੀ ਇੰਨਾ ਖਿਆਲ ਰੱਖਦੀ ਸੀਗੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਤਾਂ ਸਾਰੇ ਪਰਿਵਾਰ ਦੇ ਖਿਆਲ ਰੱਖਦੀ ਆ ਖਾਣ ਪੀਣ ਤੋਂ ਤਾਂ ਮੈਂ ਤਾਂ ਤੜਕੇ ਦਾ ਨੂੰ ਬਾਜਾਂ ਦੀ ਜਾਂਦਾ ਸੀ ਮੇਰਾ ਸਿਰ ਦੁਖੀ ਜਾਂਦਾ ਮੈਨੂੰ ਲੱਗਦਾ ਬੁਖਾਰ ਹੈ ਤੜਕੇ ਦੀ ਗੱਲ ਹੀ ਨਹੀਂ ਗੋਲੀ ਹੋਰ ਬਾਈ ਗੁੱਸਾ ਚੜੀ ਜਾਂਦਾ ਹੈਗਾ ਤੇ ਮੈਂ ਸੁਣ ਜੱਕ ਤੇ ਜੁੰਦੇ ਪੁੱਟ ਲਿਆ ਚਲੋ ਇੰਨਾ ਕੰਮ ਤਾਂ ਕਾਹਨੂੰ ਕਰਨਾ ਊ ਇੱਕ ਗੱਲ ਸਹੀ ਆ ਨਾ ਬਾਈ ਮੈਂ ਕਿਹਾ ਸੀ ਨਾ ਤੈਨੂੰ ਵੀ ਤੂੰ 4 ਕੁ ਮਹੀਨੇ ਦੇਖ ਇਹ ਹੈ ਨਹੀਂ ਕਿਸੇ ਕੰਮ ਦੀ ਲੁੱਟ ਕੇ ਲੈ ਕੇ ਜਾਣਾ ਇਹਨੇ ਤੈਨੂੰ ਲੁੱਟ ਕੇ ਤਾਂ ਕਿਵੇਂ ਲੈ ਜੂ ਲੱਤਾਂ ਧੋ ਦੂੰ ਨੂੰ ਉਬਲੀ ਤਾਂ ਘਰੋਂ ਕੱਢ ਦੂੰਗਾ ਤੂੰ ਵਹਿੰਦੀ ਜਾ ਸਹੀ ਗੱਲ ਆ ਘਰੋਂ ਕੱਢ ਦੇ ਨੂੰ ਛੇਤੀ ਪਰ ਇਹ ਰਿਸ਼ਤਾ ਤਾਂ ਤੇਰਾ ਮੈਂ ਆਪੇ ਕਰਾ ਦੂੰ ਜਮਾ ਨਾ ਟੈਨਸ਼ਨ ਲਈ ਨਾਲੇ ਜਿਹੜਾ ਉਹਦਾ ਫੋਨ ਜਾਗਾ ਨਾ ਇੰਨਾ ਮਹਿੰਗਾ ਦੇਈ ਨਾ ਇਹਨੂੰ ਆਪਦੇ ਕੋਲ ਰੱਖਿਆ ਕਰ ਨਾ ਉਹ ਤਾਂ ਮੈਂ ਕੋਲੇ ਰੱਖਦਾ ਹੁਣ ਨਾ ਆਹੋ ਲਾ ਦੂੰਗਾ ਅੱਗੇ ਨੂੰ ਮੈਂ
ਮੈਂ ਤਾਂ ਕਹਿੰਦਾ ਤੀਰ ਪਾ ਕੇ ਨਾ ਸਾੜ ਦਿਆਂ ਉਹਨੂੰ ਮੈਂ ਵੀ ਜੇਲ੍ਹ 'ਚ ਵਗ ਜਾਏਗਾ। ਤੂੰ ਮੇਰੀ ਗੱਲ ਸੁਣ, ਐਡਾ ਕੰਮ ਨਾ ਕਰ, ਇਹਨੂੰ ਤਲਾਕ ਦੇ ਦੇ ਪਰੇ। ਮੈਨੂੰ ਗੁੱਸਾ ਚੜੀ ਜਾਂਦਾ ਇਹਦੇ ਤੇ। ਗੁੱਸਾ ਤਾਂ ਚੜਨਾ ਹੀ ਆ ਜਦੋਂ ਤੇਰਾ ਖਿਆਲ ਨਹੀਂ ਰੱਖਦੀ ਹੈਗੀ। ਨਵੀਂ ਨਵੀਂ ਵੀ ਆਹੀ ਆ, ਉਹਦਾ ਫਰਜ਼ ਨਹੀਂ ਬਣਦਾ ਵੀ ਮੈਂ ਚਾਹ ਪਾਣੀ ਪੁੱਛਾਂ ਉਹਨੂੰ। ਉਹੀ ਤਾਂ ਕੰਮ ਤੋਂ ਆਉਣਾ ਜਦੋਂ ਵੀ, ਰੋਟੀ ਪਾਣੀ ਤਾਂ ਤੈਨੂੰ ਮੈਂ ਫੜਾਉਣੀ ਹੈ। ਫਰਜ਼ ਤਾਂ ਇਹਦਾ ਬਣਦਾ, ਇਹ ਨਹੀਂ ਵੀ ਉੱਠ ਕੇ ਭਾਈ ਵਿਆਹੀ ਵੀ ਆ ਮੇਰੇ ਨਾਲ, ਨਾ ਨਾ ਪਹਿਲਾਂ ਕਰਿਆ ਕਰੇ ਬੜਾ, ਫਿਰ ਐਂ ਧਿਆਨ ਰੱਖੂ। ਆਪਣੀ ਜੋੜੀ ਬਾਹਲੀ ਸੋਹਣੀ ਲੱਗਦੀ ਆ, ਗਰਮ ਗਰਮ ਤਾਜੀ ਤਾਜੀ ਰੋਟੀ ਬਣਾ ਕੇ ਦਿੰਨੀ ਹੈਗੀ। ਲੈ ਹੁਣ ਐ ਦੱਸ ਬਾਈ, ਤੂੰ ਰੋਟੀ ਖਾਣੀ ਆ, ਪਰੌਂਠੇ ਲਾ ਦਿੰਨੀ ਆ ਮੈਂ ਆਲੂਆਂ ਵਾਲੇ, ਆਲੂ ਪਏ ਆਪਣੇ ਹੁਣ ਉਬਲਣ ਮੈਂ ਧਰ ਦਿੰਨੀ ਹੈਗੀ। ਮੇਰੇ ਨੀ ਕੁਛ ਲੰਘਦਾ, ਘਰ ਆਦਾ ਵੀ ਇਹ ਪਈ ਕਿਵੇਂ ਅੰਦਰ, ਇਹਨੂੰ ਮਾਰਾਂ ਇਹਨੂੰ ਮੈਂ ਜਾ ਕੇ। ਚੱਲ ਚੰਗਾ ਬਾਈ, ਮੈਂ ਤਾਂ ਕੰਮ ਕਰਦੀ ਆ ਤੇ ਤੂੰ ਆਪ ਹੀ ਹਿਸਾਬ ਕਿਤਾਬ ਕਰ ਲਾ ਦੇਣਾ। ਕੋਈ ਨਾ ਕੋਈ ਰਹਿ ਜਾਣਾ ਤਾਂ ਕੰਮ ਸਾਬ, ਡੰਡਾ ਰੱਖਿਆ ਕਰ ਡੰਡਾ, ਫੇਰ ਸੁਧਰੂ ਗਿਆ ਤਾਂ ਤੇਰੇ ਸਿਰ ਤੇ ਚੜ ਜੂਗੀ ਇਹ। ਮੈਂ ਗੁੱਸਾ ਚੜੀ ਜਾਂਦਾ, ਜਾ ਕੇ ਢਾਈ ਲਵਾਂ ਇਹਨੂੰ ਮੈਂ। ਲੈ ਚਾਹਣੇ ਕੰਮ ਤਾਂ ਤੁਰਤੀ ਦਿਖਾਤਾ। ਬਾਬੇ ਨੇ ਕਿਹਾ ਸੀ, ਕਹਿੰਦਾ ਜਦੋਂ ਚਾਹ ਪੀ ਲਈ ਉਹਨੇ ਨਾਲ ਦੀ ਨਾਲ ਕੰਮ ਕਰ ਜੂ। ਆਹ ਤਾਂ ਨਜ਼ਾਰਾ ਆ ਗਿਆ ਵਧੀਆ, ਹੁਣ ਇਹਦੇ ਪੈਣਗੇ ਆ ਤੇ ਹੌਲੀ ਹੌਲੀ ਬਸ ਇਹਨੂੰ ਨਾਲ ਦੀ ਨਾਲ ਘਰੋਂ ਕੱਢ ਦੂਗਾ, ਫਿਰ ਮੈਨੂੰ ਨਜ਼ਾਰੇ ਆਉਣਗੇ ਤੇ ਨਜ਼ਾਰੇ ਜਾਣਗੇ, ਸਾਰੀ ਜ਼ਮੀਨ ਸਾਡੇ ਕੋਲ। ਇਹਨੂੰ ਤਾਂ ਬੀਜੂ ਜੋ ਨਹੀਂ ਅਕਲ ਹੀ ਨਹੀਂ ਆਉਂਦੀ, ਮੇਰੇ ਤਾਂ ਅੱਖ ਹੀ ਨਹੀਂ ਲੱਗਦਾ ਸੀ। ਹੁਣ ਦੇਖੀ ਪੰਗੇ ਪੈਂਦੇ ਇਹਨਾਂ ਦੇ, ਆਪਾਂ ਨੂੰ ਕੀ ਹੈ ਪਈ ਜਾਣ ਦੇ। ਮੈਂ ਤਾਂ ਭਾਂਡੇ ਧੋਣੀ ਹੈ। ਕੀ ਹੋ ਗਿਆ? ਮੈਨੂੰ ਕੀ ਹੋਣਾ ਸੀਗਾ? ਨਾਲੇ ਗੱਲ ਸੁਣ ਲੈ, ਜਦੋਂ ਚਾਹ ਪਾਣੀ ਰੋਟੀ ਕੁਛ ਵੀ ਬਣਾਉਣਾ ਨਾ, ਖੁਸ਼ੀ ਨਾਲ ਬਣਾਇਆ ਕਰ, ਕ੍ਰੋਧ ਨਾਲ ਨਾ ਬਣਾਇਆ ਕਰ। ਮੈਂ ਤਾਂ ਖੁਸ਼ੀ ਨਾਲ ਹੀ ਬਣਾਉਣੀ ਹੁੰਦੀ ਆ। ਗੱਲ ਸੁਣ ਲੈ ਮੇਰੀ, ਗੱਲ ਪੂਰੀ ਹੋਣਾ ਦੇ। ਕਹਿੰਦੇ ਕ੍ਰੋਧ ਨਾਲ ਬਣਾਈ ਚੀਜ਼ ਨਾ ਅੱਗੇ ਵੀ ਕ੍ਰੋਧ ਪਾਉਂਦੀ ਹੈ। ਉਹ ਚੀਜ਼ ਹੁਣ ਧਿਆਨ ਨਾਲ ਗੱਲ ਸੁਣ ਲੈ ਮੇਰੀ, ਕਦੋਂ ਚੀਜ਼ ਬਣਾਵੇਂਗੀ ਤੇ ਖੁਸ਼ੀ ਨਾਲ ਬਣਾਇਆ ਕਰ, ਨਾ ਬਣਾਇਆ ਨਾ ਕਰ। ਐ ਕਰ ਫਿਰ, ਮੈਂ ਤਾਂ ਕ੍ਰੋਧ ਨਾਲ ਬਣਾਉਣੀ ਆ। ਉਹ ਤੇਰੀ ਭਰਜਾਈ ਆ ਰਹੀ ਆ ਸੱਚ ਵੱਡੀ, ਉਹ ਤਾਂ ਬਣਵਾ ਲਿਆ ਕਰ ਸ਼ਾਂਤੀ ਨਾਲ। ਮੈਂ ਬਣਵਾ ਹੀ ਲਿਆ ਕਰੂੰਗਾ, ਨਾਲੇ ਨਵੀਂ ਨਵੀਂ ਆਈ ਆ, ਪਿਆਰ ਨਾਲ ਬਣਾ ਕੇ ਦਿਆ ਕਰੂਗੀ, ਨਾਲੇ ਮੈਨੂੰ 4 ਦਿਨ ਸੁੱਖ ਮਿਲ ਜਾਊਗਾ। ਹੋਰ ਕੀ, ਉਹ ਤਾਂ ਵਿਚਾਰੀ ਕਦੇ ਜਵਾਬ ਹੀ ਨਹੀਂ ਦਿੰਦੀ, ਕਦੋਂ ਮਰਜ਼ੀ ਕੰਮ ਨੂੰ ਕਹਿ ਉਹਦੀ ਲਿਆ, ਉਹ ਕਹਿ ਦਿੰਦੀ ਮੈਂ ਉਹਦੀ ਪਾਣੀ ਕਹਿ ਭਾਈ ਪਾਣੀ ਲਿਆ ਤੇ ਨਾਲ ਦੀ ਨਾਲ ਪਾਣੀ ਲਿਆ, ਤਾਂ ਤੂੰ ਤਾਂ ਨਹੀਂ ਪਿਆਰ ਹੋ ਗਿਆ ਉਹਦੇ ਨਾਲ? ਲੈ ਪੁੱਠੀ ਮਰਦੀ ਆ, ਪਤਾ ਨਹੀਂ ਕੀ ਗੱਲ ਆ ਤੈਨੂੰ। ਪੁੱਠੀ ਮੈਂ ਗੱਲਾਂ ਹੀ ਇਹ ਜਿਹੀਆਂ ਕਰੀ ਜਾਂਦਾ ਗਾ ਤੂੰ। ਲੈ ਉਹ ਮੇਰੀ ਭਾਬੀ ਆ, ਭਾਬੀ ਕਹਿੰਦਾ ਮਾਂ ਸਮਾਨ ਹੁੰਦੀ ਆ, ਨਾਲੇ ਹੈ ਵੱਡੀ। ਆਹੋ ਮੈਨੂੰ ਤਾਂ ਲੱਗਦਾ ਨੀ ਵੀ ਤੂੰ ਸਮਝਦਾ ਹੋਵੇਂਗਾ ਭਾਬੀ, ਜਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਜਿਹੜੇ ਹਿਸਾਬ ਨਾਲ, ਅਤੇ ਤੂੰ ਤਾਂ ਅੱਗੇ ਮੱਚ ਕੇ ਬਣਾਉਣੀ ਆ। ਲੈ ਨਾ ਹੁਣ ਮੈਂ ਤੈਨੂੰ ਮੱਚ ਕੇ ਦੇਸਣ ਲੱਗ ਗਈ ਹਾਂ, ਇਦੋਂ ਪਹਿਲਾਂ ਵੀ ਤਾਂ ਮੈਂ ਹੀ ਬਣਾਉਂਦੀ ਸੀ ਸਾਰਾ ਕੁਛ, ਉਦੋਂ ਦਾ ਪਹਿਲਾਂ ਕਿਹਾ ਨੀ ਕਦੇ ਮੈਨੂੰ, ਹੁਣ ਜਿੱਦਣ ਦੀ ਇਹ ਆਈ ਉਦੋਂ ਦੀਆਂ ਤੂੰ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ। ਉਹ ਮੈਂ ਉਹ ਕੱਲ ਮੈਂ ਰੀਲ ਦੇਖੀ ਸੀ, ਉਹ 'ਚ ਦੱਸਦੇ ਸੀ ਕਹਿੰਦੇ ਜੇ ਰੋਟੀ ਪਾਣੀ ਜੋ ਵੀ ਚੀਜ਼ ਬਣਾਉਣੀ ਜੇ ਕ੍ਰੋਧ ਨਾਲ ਬਣਾਉਣਾ ਉਹ ਇੱਕ ਤਰ੍ਹਾਂ ਜ਼ਹਿਰ ਹੀ ਆ, ਇਹਦੇ ਤੋਂ ਖਾਓ ਪੀਓ ਨਾ। ਉਹ ਤਾਂ ਦੱਸਿਆ, ਤੂੰ ਚੱਜ ਦੀ ਗੱਲ ਦੱਸਦੀ ਤੈਨੂੰ ਮਾੜੀ ਦੱਸਦੀ ਆ ਦੱਸ। ਆਹੋ ਤੂੰ ਤਾਂ ਰੋਜ਼ ਹੀ ਦੱਸਦਾ ਮੈਨੂੰ ਨਵੇਂ ਤਾਜ਼ੇ ਵਿਚਾਰ, ਤੇਰੇ ਵਿਚਾਰਾਂ ਤੇ ਚੱਲਣ ਲੱਗ ਗਈ ਨਾ ਮੈਂ ਤਾਂ ਸਾਰਾ ਕੁਛ ਫੇਲ ਹੋ ਜਾਊਗਾ। ਪਹਿਲਾਂ ਤੂੰ ਵਿਚਾਰ ਦੱਸ ਕੇ ਹਟਾ, ਮੈਂ ਪੁੰਨ ਕਰਦਾ, ਮੈਂ ਐਂ ਕਰਦਾ, ਮੈਂ ਕਿਸੇ ਦਾ ਮਾੜਾ ਨਹੀਂ ਕਰਦਾ, ਭਾਈ ਦਾ ਘਰ ਵਸਾਤਾ, ਹੈਂ ਆਹ ਤੇਰੇ ਵਿਚਾਰ ਨੇ, ਮੈਨੂੰ ਤੇਰੇ ਵਿਚਾਰ ਨਹੀਂ ਚੰਗੇ ਲੱਗਦੇ। ਨਾਲੇ ਮੇਰੀ ਗੱਲ ਸੁਣ ਲਾ,
ਹਾਂ ਸੁਣੀ ਜਾਂਦਾ, ਤੇਰੀਆਂ ਸੁਣੀ ਜਾਂਦਾ, ਹੋਰ ਕਿਹਦੀ ਸੁਣਨੀ ਮੈਂ? ਜਦੋਂ ਤੂੰ ਵਿਆਹੀ ਆ ਉਦੋਂ ਮੈਂ ਤੇਰੀ ਸੁਣਦਾ, ਮੈਂ ਹੋਰ ਤੇ ਕਿਸੇ ਦੇ ਸੁਣਦਾ, ਨਾ ਬੇਬੇ ਨਾ ਬਾਪੂ ਆ, ਪਹਿਲਾਂ ਮੇਰਾ ਭਰਾ ਸੀ ਉਹ ਮਾੜੀ ਮੋਟੀ ਉਹਦੀ ਸੁਣ ਲੈਂਦਾ, ਹੁਣ ਜਾਂ ਤੇਰੀ ਤੇ ਪੱਕੀ ਸੁਣਨੀ ਪੈਂਦੀ ਮੈਨੂੰ। ਸੁਣਨੋਂ ਹਟ ਗਿਆ ਮੇਰੀਆਂ, ਅੱਜ ਤੂੰ ਮੇਰੀਆਂ ਸੁਣਦਾ ਹੁੰਦਾ ਇਹਦਾ ਵਿਆਹ ਨਹੀਂ ਹੁੰਦਾ ਸੀ। ਮੇਰੀ ਤਾਂ ਸੁਣੀ ਨਹੀਂ ਤਾਂ, ਸਾਰੇ ਮੇਰੇ ਉੱਤੋਂ ਦੀ ਹੋ ਗਏ। ਮੈਂ ਕਿੰਨਾ ਰੋਕਿਆ ਸੀ ਭੂਆ ਨੂੰ, ਨਾਲੇ ਸੋਨੂੰ ਵੀ ਕਿਹਾ ਸੀ ਵੀ ਇਹਦਾ ਵਿਆਹ ਨਹੀਂ ਹੋਣ ਦੇਣਾ ਮੈਂ। ਉਹ ਮਾਰਾ ਨੀ, ਜਿਹੜਾ ਰੱਬ ਕਰਦਾ ਚੰਗੇ ਵਾਸਤੇ ਕਰਦਾ ਨਾ, ਚੁੱਪ ਕਰ ਜਾ ਕਰਨ ਵਾਲੇ ਹੈ ਨਾ ਇਹ ਕੀ ਕਹਿੰਦੇ ਗੱਲਾਂ ਕਰਿਆ ਕਰ। ਤੇਰੇ ਵਾਸਤੇ ਚੰਗਾ ਹੋਊਗਾ, ਮੇਰੇ ਵਾਸਤੇ ਤਾਂ ਬਹੁਤ ਕੁਛ ਮਾੜਾ ਹੋਊਗਾ। ਗੱਲ ਸੁਣ ਲੈ, ਵਿਆਹ ਹੋ ਗਿਆ, ਕੁਛ ਵੀ ਜੇ ਵੱਧ ਘੱਟ ਕੀਤਾ ਨਾ ਇਹਨਾਂ ਨੇ ਕੋਈ ਗੱਲਬਾਤ ਕੀਤੀ ਤੇਰੀ, ਤੇ ਫਿਰ ਮੈਥੋਂ ਬੁਰਾਣੀ। ਹਾਂ ਹਾਂ ਯਾਦ ਕਰਾਤੀ, ਮੈਂ ਇਹੀ ਗੱਲ ਕਹਿੰਦੀ ਸੀਗੀ ਵੀ ਹੁਣ ਨਾ ਮੈਂ ਜਿਹੜਾ ਕੁਛ ਕਰਨਾ ਠੀਕ ਹੈ, ਤੇ ਮੇਰੀਆਂ ਗੱਲਾਂ ਦੇ ਵਿੱਚ ਆਉਣਾ ਨਹੀਂ ਤੈਂ, ਸਮਝ ਗਿਆ? ਮੈਂ ਆਉਂਦਾ ਹੀ ਨਹੀਂ ਪੁੱਠੇ ਕੰਮਾਂ ਚ ਨਹੀਂ ਆਉਣਾ ਮੈਂ। ਬਸ ਫਿਰ ਤੂੰ ਪੁੱਠੇ ਕੰਮ, ਮੈਂ ਪੁੱਠੇ ਕਰਦੀ ਹਾਂ ਨਾ, ਤੂੰ ਮੇਰੇ ਪੁੱਠੇ ਕੰਮਾਂ ਦੇ ਵਿੱਚ ਆਉਣਾ ਨਹੀਂ। ਨਾਲੇ ਜੇ ਉਹਨਾਂ ਦਾ ਕੁਛ ਗੱਲਬਾਤ ਬਣ ਗਈ ਤੇ ਮੈਥੋਂ ਬੁਰਾਣੀ, ਇਹ ਗੱਲ ਯਾਦ ਰੱਖੀ ਤੂੰ। ਲੈ ਤੇ ਜੇ ਦੋਨੇ ਜੀਆਂ ਦੀ ਲੜਾਈ ਹੋਈ ਜਾਊਗੀ ਹੁਣ, ਤੇ ਫਿਰ ਉਹ ਤੇਰਾ ਮਤਲਬ ਹੈ ਵੀ ਮੈਂ ਲੜਾਈ ਕਰਾਉਣੀ ਹੈ? ਜੇ ਤੂੰ ਪੁੱਠੇ ਕੰਮ ਕਰੇਗੀ, ਜਾਵੇ ਚੁਗਲੀ ਲਾਏਗੀ, ਫੇਰ ਲੜਾਈ ਹੋ, ਐ ਕਿਵੇਂ ਲੜਾਈ ਹੋ? ਦੋਨਾਂ ਦਾ ਪਿਆਰ ਹੀ ਬੜਾ ਇਹਨਾਂ ਦਾ। ਹੋਰ ਬਾਹਲਾ ਪਿਆਰ ਆ, ਤਾਂ ਇੱਥੋਂ ਹੁਣ ਹੀ ਜਰਿਆ ਜਾਂਦਾ ਮੈਨੂੰ ਲੱਗਦਾ। ਤੂੰ ਕਰ ਲਿਆ ਕਰ ਵਿੱਚ ਜਾ ਕੇ ਪਿਆਰ ਉਹਨਾਂ ਦੇ, ਤੂੰ ਵੀ ਵੜ ਜਾ ਕਰ ਵਿੱਚ ਹੀ। ਗੱਲਾਂ ਕਹੇ ਜੀਆਂ ਕਰਦਾ, ਇਹਨੂੰ ਸੰਗ ਨਹੀਂ ਆਉਂਦੀ ਹੈਗੀ। ਸੰਗ ਤੈਨੂੰ ਨਹੀਂ ਆਉਂਦੀ, ਮੈਨੂੰ ਬਸ਼ਰਮੀ ਆ ਜਾਂਦੀ ਗੱਲਾਂ ਇਹ ਜੀਆਂ ਕਰਦੀਆਂ। ਨਾ ਫਿਰ ਉਹਨਾਂ ਦਾ ਪਿਆਰ ਆ, ਤੂੰ ਵੀ ਮੈਨੂੰ ਪਿਆਰ ਕਰ ਲਿਆ ਕਰ ਭੋਰਾ। ਤੇ ਹੋਰ ਤਾਂ ਤੂੰ ਮੇਰੇ ਘਰ ਵਾਲੇ ਤਾਂ, ਹੋਰ ਕਿਹਨੂੰ ਕਰੂੰ ਮੈਂ, ਤੈਨੂੰ ਹੀ ਕਰੂੰ ਪਿਆਰ, ਹੋਰ ਕਿਹਨੂੰ ਕਰੂੰਗਾ? ਜਿਹੜੀਆਂ ਗੱਲਾਂ ਕਰਦਾ ਨਾ ਇਹ ਸਭ ਇਹ ਪਿਆਰ ਵਾਲੀਆਂ ਗੱਲਾਂ ਨਹੀਂ ਹੈਗੀਆਂ, ਜਦੋਂ ਤੇਰੇ ਕੋਲੇ ਬਹਿ ਜਾਂਦੀਆਂ ਬਸ ਹੋਰ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਲੱਗ ਜਾਂਦਾ। ਜੇ ਕੋਈ ਮੱਦਾ ਮਾੜਾ ਲੱਗਣ ਲੱਗੇ ਨਾ, ਉਹ ਕਿੰਨਾ ਮਰਜ਼ੀ ਚੰਗਾ ਬਣ ਜੇ, ਚੰਗਾ ਲੱਗ ਜੇ, ਕੁਛ ਮਰਜ਼ੀ ਕਰ ਜੇ, ਉਹਨੂੰ ਮਾੜਾ ਹੀ ਸਮਝਣਾ। ਹੁਣ ਮੈਂ ਤੈਨੂੰ ਲੱਗਣ ਲੱਗਾ ਮਾੜਾ, ਮੈਂ ਭਾਵੇਂ ਸੋਨੇ ਦਾ ਬਣਦਾ ਸੀ, ਮੋਤੀ ਬਣਦਾ, ਕੁਛ ਮਰਜ਼ੀ, ਤੈਨੂੰ ਮਾੜਾ ਹੀ ਲੱਗੂਗਾ। ਤੂੰ ਨੀ ਮੈਨੂੰ ਮਾੜਾ ਲੱਗਦਾ, ਮੈਨੂੰ ਪਹਿਲਾਂ ਵੀ ਨੀ ਕਦੇ ਮਾੜਾ ਲੱਗਿਆ ਸੀ, ਪਰ ਤੈਨੂੰ ਮਾੜੀ ਨਾ ਮੈਂ ਲੱਗਣ ਲੱਗ ਗਈ ਹੁਣ। ਤੈਨੂੰ ਐ ਹੋ ਗਿਆ ਵੀ ਮੇਰੇ ਭਾਈ ਤੇ ਮੱਚਦੀ ਆ ਇਹ, ਨਾਲੇ ਹੁਣ ਮੈਂ ਜਿਹੜਾ ਕੁਛ ਕਰਨਾ ਬਸ ਉਹ ਕਰਕੇ ਹਟੂ ਹੁਣ, ਠੀਕ ਹੈ? ਸੱਚੀ ਗੱਲਾਂ ਤੇ ਮਿਰਚਾਂ ਲੱਗਦੀਆਂ ਹੁੰਦੀਆਂ, ਮੈਂ ਸੱਚੀ ਗੱਲ ਕਹਿੰਦਾ ਤੈਨੂੰ ਮਿਰਚਾਂ ਲੱਗਦੀਆਂ ਬਸ। ਕਿਹੜੀ ਗੱਲ ਸੱਚੀ ਕਹਿਤੀ ਤੂੰ? ਹੋਰ ਤੂੰ ਮਾੜਾ ਸੋਚਦੀ ਮੇਰੇ ਭਰਾ ਦਾ, ਹੋਰ ਕੀ ਆ? ਮੈਂ ਮਾੜਾ ਸੋਚਦੀ ਆ ਉਹਦਾ, ਹੈ ਮਾੜਾ ਤਾਂ ਉਹਨਾਂ ਦਾ ਆਪਦਾ ਹੀ ਹੋਈ ਜਾਂਦਾ, ਮੈਨੂੰ ਕਿਉਂ ਕਹਿਣਾ ਰਹਿਣਾ ਤੂੰ? ਜੇ ਚੁੱਪ ਕਰ ਯਾਰ ਦਿਮਾਗ, ਚਾਹ ਪੀ ਲਾ। ਪੀ ਲੈ, ਮੈਂ ਕਦੋਂ ਪੜੀ ਤੇਰੀ ਚਾਹ? ਤੂੰ ਜਾ ਕੰਮ ਕਰ ਲੈ, ਜਾ ਕੇ ਕੰਮ ਕਰ ਲੈ ਨਾਲੇ। ਹੋਰ ਉਹ ਸੱਚ ਉਹ ਆ ਰਹੀ ਆ, ਮੈਂ ਕੋਈ ਨਹੀਂ ਕਰਦੀ ਬਈ, ਕਦੋਂ ਦੀ ਲੱਗ ਰਹੀ ਆ, ਕਹਿ ਦੇ ਉਹਨੂੰ। ਚਲ ਮੈਂ ਜਾਣਾ ਉਧਰ ਬਾਹਰ, ਮੈਂ ਪੀਣਾ। ਭਈ ਰਿਹਾ ਕਰ ਸਾਰਾ ਦਿਨ, ਤੇ ਜਾ ਖਾਈ ਜਾਇਆ ਕਰ ਟੰਡਾ। ਤੈਨੂੰ ਪਤਾ ਮੈਂ ਠੀਕ ਨਹੀਂ ਹੈਗੀ, ਕੀ ਖਾਣਾ ਹੀ ਆ। ਤੂੰ ਤਾਂ ਠੀਕ ਹੁੰਦੂਗਾ ਹੀ ਨਹੀਂ ਕਿਤੇ। ਇਹ ਕੀ ਮਤਲਬ ਹੈਗਾ? ਮਤਲਬ ਉਹੀ ਆ ਵੀ ਤੂੰ ਠੀਕ ਨਹੀਂ ਹੁੰਦੀ, ਤੈਨੂੰ ਕੰਮ ਜ਼ਰੂਰੀ ਆ। ਜ਼ਰੂਰੀ ਆ, ਆ ਕਿੰਨਾ ਖਲੇਰਾ ਪਿਆ ਪਿਆ ਸਾਡੇ ਘਰੇ, ਬੰਦਾ ਕੁ ਬੰਦਾ ਜੇ ਕੀ ਕਹੂਗਾ ਕੋਈ। ਪਿਆਰ ਵੇ ਫਿਰ ਹੁਣ ਮਰਨਾ ਤਾਂ ਹੈ ਨੀ ਗਾ। ਮਰਨਾ ਨੀ ਗਾ, ਮਰਨਾ ਨੀ, ਲੱਛਣ ਜੇ ਤੂੰ ਤਾਂ ਹੁਣੀ ਦਿਖਾਉਣ ਲੱਗ ਗਈ। ਮੈਂ ਕੀ ਲੱਛਣ ਕਰਦੇ ਹੈਗੇ? ਹਾਲੇ ਤਾਂ ਮਹੀਨੇ ਚਾਰ ਹੋਏ। ਨਾ ਨਾ, ਤੇਰੇ ਨਾਲ ਤਾਂ ਮੇਰਾ ਐ ਰਹੂ, ਤੇਰੇ ਨਾਲ ਮੇਰੀ ਜੋੜੀ ਬਣਦੀ ਆ, ਤੇਰੇ ਨਾਲ ਫਲਾਨਾ ਢੀਂਗੜਾ ਆਹ ਬਣਦੀ ਆ, ਟੱਟੂ ਦੀ ਜੋੜੀ। ਗਾਲਾਂ ਜੀਆਂ ਕੱਢਣ ਦੀ ਲੋੜ ਨੀ ਮੈਂ ਤੈਨੂੰ। ਨਾ ਤੂੰ ਰੋਟੀ ਲਾਉਣੀ ਆ ਟਾਈਮ ਤੇ, ਨਾ ਤੂੰ ਲੀੜਾ ਧੋ ਕੇ ਦਿੰਦੀ ਆ ਮੇਰੇ, ਹੈ ਨਾ ਤੂੰ ਝਾੜੂ ਲਾਉਣੀ ਆ, ਨਾ ਤੂੰ ਆਹ ਨਾਹਾ ਗਾਲੀ ਜਾਂਦੀ ਆ ਸਾਰਾ। ਹੋਰ ਕੌਣ ਕਰਦਾ? ਤੇ ਤਾਂ ਮੈਂ ਪ੍ਰੈਸ ਕਰਕੇ ਦਿਆ ਕਰੂੰ ਲੀੜਾ, ਮੈਨੂੰ ਗੁੱਸਾ ਚੜੀ। ਹੋਰ ਕੌਣ ਕਰਦਾ ਕੰਮ? ਸਾਰਾ ਮੈਂ ਹੀ ਕਰਦੀ ਹੈਗੀ, ਉਹ ਤਾਂ ਹੱਥ ਨਹੀਂ ਲਾਉਂਦੀ ਗੀ। ਬਸ ਬਸ ਨਹੀਂ ਲਾਉਂਦੀ ਤੇ ਜੀ, ਐ ਕਰਿਆ ਕਰ ਤੁਸੀਂ ਨਾ ਨਵੇਂ ਲੀੜੇ ਹਟਾ ਦਿਓ, ਸਿਉਂ ਤਾਂ ਮੈਂ ਆਪੇ ਲਿਆ ਕਰੂੰ, ਆਪਾਂ ਕਿਹੜਾ ਕਿਸੇ ਨੂੰ ਸਮਾਈ ਦੇਣੀ ਆ, ਪਤਾ ਹੀ ਆ ਹੁਣ ਆਹ ਨੀ ਲਾਉਣ ਦਿੰਦੇ। ਨਾ ਨਾ, ਅਸੀਂ ਪਾ ਲਓ ਖੇਤ ਜਾਣਾ, ਲਿਬੜ ਜਾਣਗੇ। ਬਦ ਘੱਟ ਬੋਲਣ ਦੀ ਲੋੜ ਨੀ ਹੈਗੀ, ਮੈਂ ਤਾਂ ਯਾਰ ਬੋਲੂੰਗਾ, ਠੀਕ ਆ? ਚੱਕਾਂ ਦਾ ਜੁੱਲੀ ਬਿਸਤਰਾ ਮੇਰੇ ਘਰੋਂ ਨਿਕਲ, ਚੱਲ ਭੱਜ। ਤੈਨੂੰ ਕਿਹਨੇ ਉਂਗਲ ਲਾਈ ਵਾਲਾ? ਮੈਨੂੰ ਦੱਸ। ਮੈਨੂੰ ਕਿਸੇ ਨੇ ਉਂਗਲ ਨੀ ਲਾਈ,
ਆਹਦਾ ਜੁੱਲੀ ਬਿਸਤਰਾ ਆ ਚੱਕ ਤੇ ਲੰਘ ਜਾ ਆਪਦਾ। ਨਾ ਤੁਸੀਂ ਤਾਂ ਕਹਿੰਦੇ ਮੈਂ ਤੈਨੂੰ ਪੜਾਉਂਗਾ ਲਿਖਾਉਂਗਾ ਅੱਗੇ ਪੜ੍ਹਨ ਲਾਉਂਗਾ, ਨਾ ਮੋਬਾਈਲ ਲੈ ਕੇ ਦੋ, ਇੰਨੇ ਚ ਫੂਕ ਨਿਕਲ ਗਈ ਬਿਮਾਰੀ ਹੋਈ ਸੀ ਹਲੇ। ਆ ਲਿਆਂਦਾ 1,80,000 ਦਾ ਸੀ, ਮੈਕਸ ਪ੍ਰੋ ਆ, ਦੇਣਾ ਨੀ ਮੈਨੂੰ ਪਤਾ, ਸਾਰਾ ਕੁਛ ਲੁੱਟ ਕੇ ਲੈ ਕੇ ਜਾਏਗੀ, ਸਾਰਾ ਕੁਛ ਠੱਗ ਕੇ ਲੈ ਕੇ ਜਾਏਗੀ ਤੂੰ। ਮੇਰੀ ਗੱਲ ਸੁਣ, ਕਿਵੇਂ ਪੜਦੀ ਤੂੰ ਮੇਰੀ ਗੱਲ ਸੁਣ, ਕਿਉਂ ਸੁਣਾ ਤੇਰੀ ਗੱਲ ਮੈਂ, ਮੈਂ ਤਾਂ ਜੋ ਕੁਛ ਤੂੰ ਸਮਝਣਾ ਸਮਝ, ਹੁਣ ਮੈਂ ਤੇਰੇ ਘਰ 1 ਮਿੰਟ ਰਹਿੰਦੀ ਵੀ ਨੀ, ਮੇਰਾ ਬੈਗ ਲਿਆ ਤੂੰ, ਬੈਗ ਲਿਆ ਕੇ ਦਿੰਦਾ। ਅੱਛਾ ਮਾਂ ਲਿਆ ਕੇ ਦਵਾਂ ਬੋਲ ਮਰੇ ਖਾਦਾਂ ਨੂੰ, ਬਸ ਮੇਰੇ ਤੇ ਆਏ ਹੱਥ ਤੇ ਚੱਕਣ ਦੀ ਲੋੜ ਨਹੀਂ ਹੈ ਕਿ ਮੇਰੀਆਂ ਗੱਲਾਂ ਮੇਰੇ ਘਰੇ ਨਾ ਹੀ ਤਾਂ ਮੇਰੇ ਮਾਂ ਬਾਪ ਦੇ ਘਰੇ ਦੁਗਣੀ ਇੱਜ਼ਤ ਮਿਲਦੀ ਹੈ ਮੈਨੂੰ, ਨਾਸਾਂ ਜੀਆਂ ਨਾ ਚੱਕ ਦਿਆਂ ਨੂੰ ਗਾਹਾਂ ਦੇ ਸੋਣਾਂ ਦੀ ਨੂੰ ਖਾ ਖਾ, ਇੱਥੇ ਦੇਖ ਲੈ ਕਿੰਨੀ ਗੋਰੀ ਹੋ ਗਈ ਹੈਂ, ਇੱਥੇ ਪਪੀਤੇ ਚੱਲਦੇ ਆ, ਇੱਥੇ ਨਾਰੀਅਲ ਪਾਣੀ ਚੱਲਦਾ ਤੇਰਾ, ਇੰਨੀ ਮੋਟੀ ਹੋ ਗਈ ਖਾ ਖਾ ਕੇ, ਜਦੋਂ ਬਹਿ ਕੇ ਲਿਆ ਸੀ ਏਡਾ ਕੁ ਮੂੰਹ ਸੀ। ਅੱਛਾ ਹੁਣ ਮੇਰਾ ਖਾਧਾ ਪੀਤਾ ਵੀ ਗਿਣੇਗਾ ਤੇ ਗਿਣੂਗਾ, ਮੈਂ ਵੀ ਤਾਂ ਸਾਰੇ ਟੱਬਰ ਨੂੰ ਰੋਟੀਆਂ ਲਾ ਕੇ ਖਵਾਈਆਂ ਨੇ, ਉਹ ਮਹਾਰਾਣੀ ਬੈਠੀ ਰਹਿੰਦੀ ਹੈ ਮੌਜਾਂ ਨਾਲ, ਨਾ ਆਪਦਾ ਕਰ ਦਿੰਦੀ ਹੈਗੀ, ਸਪਣੀ ਹੈ ਸਪਣੀ, ਤੈਨੂੰ ਬਾਅਦ ਚੋਂ ਜਨਾਨੀ ਨਹੀਂ ਜੁੜਨੀ, ਮੈਂ ਤੇਰਾ ਅੱਡਾ, ਐਡੀਆਂ ਐਡੀਆਂ ਅੱਖਾਂ ਸੀ ਪਾਪਾ, ਸੁਰਨਾ ਮੇਰੇ ਪੈ ਹੋਣਾ, ਐਡੀਆਂ ਐਡੀਆਂ ਕਰ ਲੰਗਾ ਮੈਂ ਤੈਨੂੰ ਦੱਸਦਾ, ਜਿਹਦੀਆਂ ਉਂਗਲਾਂ ਤੇ ਜੜਨ ਨਾ ਮੋਟੇ ਤੇ ਜਨਾਨੀ ਨਹੀਂ ਜੁੜਨੀ, ਤੇਰੇ ਮੂਹਰੇ ਖੜਨਾ ਨਹੀਂ ਕਿਸੇ ਨੇ ਪਾਰ ਦੇ, ਚਾਹੀਦੀ ਨਹੀਂ ਕੈਨੇਡਾ ਵਾਲੀ ਜਾਂ ਕੈਨੇਡਾ ਵਾਲੀ, ਮੇਰੀ ਭਜਾਈ ਲਿਆ ਕੇ ਦੇਊ। ਅੱਛਾ ਉਹਦੇ ਉਂਗਲਾਂ ਲਾਈਆਂ ਹੋਈਆਂ ਭਰਜਾਈ ਦੀਆਂ, ਕੰਮ ਵੀ ਕਰੂਗੀ ਭਮੀਰੀ ਵਾਂਗੂ, ਭਮੀਰੀ ਵਾਂਗੂ ਨਹੀਂ ਤਾਂ ਮੇਰਾ ਨਾਂ ਲੱਗ ਜੂਗਾ, ਇੱਕ ਵਾਰੀ ਰੋਕ ਕੇ ਦੇਖਦੀ ਆ, ਜੇ ਰੁਕ ਗਈ ਮੈਂ ਕਿਹੜਾ ਸੱਚੀ ਮੋੜਨਾ, ਇੱਕ ਵਾਰੀ ਕਹਿ ਦੂੰਗੀ ਬਸ, ਜਾਣੀ ਹੈਗੀ ਹੁਣ ਮੈਨੂੰ ਮਿਲ ਲੈ ਵੀ ਨਾ ਤੂੰ ਗੱਲਾਂ ਦੇ ਕੀ ਕਰਦੀ ਆ, ਲੈ ਹਾਏ ਕੈਨੇਡਾ ਵਾਲੀ ਜੀਨ ਪੈਂਟ ਪਾਉਂਦੀ ਹੂ ਹਨਾ, ਬੁਰਸ਼ਿਟ ਪਾਉਂਦੀ ਹੂ ਨਾਲ, ਲੈ ਕਰਦੇ ਆ ਭਾਬੀ ਨਾਲ ਇੱਕ ਅੱਧੇ ਦਿਨ 'ਚ ਗੱਲ, ਵੀ ਤੂੰ ਉਹ ਲਿਆ ਬੁਰਸ਼ਿਟ ਵਾਲੀ ਕੈਨੇਡਾ ਵਾਲੀ। ਹੁਣ ਨਹੀਂ ਮੈਂ ਰਹਿੰਦੀ ਹੈਗੀ ਬਾਜੀ, ਕਮੋ ਇੱਕ ਮਿੰਟ, ਕਮੀ ਰਹਿ ਗਈ ਸੀ ਤੁਹਾਡੀ, ਕੀ ਹੋ ਗਿਆ? ਬਸ ਕਰੋ, ਤੁਹਾਨੂੰ ਵੀ ਪਤਾ ਕੀ ਹੋ ਗਿਆ ਤੇ ਮੈਨੂੰ ਵੀ ਪਤਾ ਗਾ, ਠੀਕ ਆ, ਸਾਂਭੋ ਆਪਦਾ ਘਰ, ਜਿਹੜੀ ਮਰਜ਼ੀ ਲਿਆ ਦੋ, ਇੰਨੇ ਇਲਜ਼ਾਮ ਨਹੀਂ ਲਾਈ ਦੇ ਹੁੰਦੇ, ਠੀਕ ਹੈ ਨਾ, ਜੇ ਮੈਂ ਨਹੀਂ ਬੋਲਦੀ ਸੀ ਨਾ ਤੁਹਾਡੀ ਇੱਜ਼ਤ ਕਰਦੀ ਸੀ, ਮੇਰੇ ਤੇ ਏਡੇ ਏਡੇ ਇਲਜ਼ਾਮ ਨਹੀਂ ਸੀ ਲਾਉਣੇ। ਕੰਮੋ ਮੈਂ ਤਾਂ ਕੁਛ ਨਹੀਂ ਕਿਹਾ, ਨਾਲੇ ਤੂੰ ਕਿੱਥੇ ਜਾਣੀ ਘਰ ਛੱਡ ਕੇ? ਬਸ ਕਰੋ, ਹੁਣ ਜਦੋਂ ਘਰ ਹੀ ਪਾੜਤਾ ਗਾ ਹੁਣ ਕੀ ਆ, ਲਿਆ ਦੋ ਉਹਨੂੰ, ਉਹ ਤਾਂ ਸ਼ਰਿਆਮ ਕਹੀ ਜਾਂਦਾ, ਮੇਰੀ ਭਾਬੀ ਲਿਆ ਕੇ ਦੋ, ਮੇਰੇ ਤਾਂ ਨਹੀਂ ਜਰੀ ਜਾਂਦੀ ਸੀ ਨਾ, ਮੈਂ ਤਾਂ ਕਰਦੀ ਸੀ। ਨਹੀਂ ਕੰਮੋ ਕੋਈ ਗੱਲ ਨਹੀਂ, ਜਾਣ ਕੇ ਕਹਿੰਦਾ ਉਹ ਤੈਨੂੰ ਅੱਜ ਚੱਲ ਕਰੇ। ਬਸ ਕਰੋ, ਇੰਨੇ ਰੰਗ ਨਾ ਗਿਰਗਟ ਵੀ ਨਹੀਂ ਬਦਲਦਾ ਜਿੰਨੇ ਤੁਸੀਂ ਬਦਲਦੇ ਹੋਗੇ, ਠੀਕ ਹੈ ਨਾ, ਚੱਲ ਤੇਰੀ ਮਰਜ਼ੀ ਆ। ਜੇ ਨਹੀਂ ਨਿਭਦੀ ਸੀ ਗਰੀਬ ਘਰ ਦੀ ਨਾ, ਤੁਸੀਂ ਪਹਿਲਾਂ ਹੀ ਕਹਿ ਦਿੰਦੇ, ਮੈਂ ਉਸੇ ਦਿਨ ਹੀ ਚੱਲ ਜਾਂਦੀ, ਪਰ ਮੈਨੂੰ ਨਹੀਂ ਸੀ ਪਤਾ ਤੁਸੀਂ ਮੇਰੀ ਇੰਨੀ ਬੇਇੱਜ਼ਤੀ ਕਰਾਓਗੇ। ਨਹੀਂ ਕੰਮੋ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਕੁਛ ਨਹੀਂ ਕਿਹਾ ਕਿਸੇ ਨੇ, ਨਾਲੇ ਆਪਦਾ ਘਰ ਨਹੀਂ ਛੱਡੀ ਦਾ ਹੁੰਦਾ, ਦੇਖ ਮੈਂ ਤਾਂ ਰੋਕਣਾ ਸੀਗਾ ਤੈਨੂੰ। ਬਸ ਕਰ, ਰੋਕਣ ਦੀ ਲੋੜ ਨਹੀਂ, ਮਿਹਰਬਾਨੀ ਮੇਰੇ ਬੰਦੇ ਦੀ, ਮੇਰੀ ਤੂੰ ਇੰਨੀ ਬੇਇੱਜ਼ਤੀ ਕਰਾਤੀ, ਹੱਥ ਜੋੜੇ ਤੇਰੇ ਮੂਹਰੇ। ਨਜ਼ਾਰਾ ਆ ਗਿਆ, ਲੈ ਮੈਂ ਰੋਕੂਗੀ ਤੈਨੂੰ, ਮੈਂ ਤਾਂ ਫੋਰਮੈਲਿਟੀ ਕੀਤੀ ਆ, ਘਰੋਂ ਤਾਂ ਤੈਨੂੰ ਭੇਜਣੀ ਸੀਗਾ, ਹੁਣ ਨਾ ਕੈਨੇਡਾ ਵਾਲੀ ਆਵੇ ਇੱਥੇ ਤੇ ਨਾ ਇੱਥੇ ਇੰਡੀਆ ਵਾਲੀ ਆਵੇ, ਕੁਛ ਨਹੀਂ ਆਉਂਦਾ, ਇੱਥੇ ਮੈਂ ਹੀ ਰਹੂੰ ਇਕੱਲੀ। ਵਧੀਆ ਹੋ ਗਿਆ, ਇੱਕ ਦਿਨ ਤਾਂ ਹੋ ਗਿਆ ਆਈ ਨਹੀਂ ਹੈਗੀ, ਆਉਂਦੀ ਵੀ ਨਹੀਂ ਹੁਣ, ਵਧੀਆ ਹੋ ਗਿਆ। ਉਹ ਤਾਂ ਭੱਜਣਾ ਹੀ ਸੀ ਉਹਨੇ, ਤਾਂ ਭਜਾਉਣ ਗਈ ਸੀ, ਉਹ ਤਾਂ ਮੈਂ ਭਜਾਤੀ। ਭਾਬੀ ਹਾਂ ਬਾਈ, ਕਿਵੇਂ ਆ? ਵਧੀਆ, ਜਿਵੇਂ ਤੂੰ ਆਵੀਂ ਮੈਂ ਆ। ਤੂੰ ਨਾ ਮੈਨੂੰ ਅੱਜ ਚਾਹ ਫੜਾਈ ਆ, ਨਾ ਤੂੰ ਮੈਨੂੰ ਅੱਜ ਰੋਟੀ ਫੜਾਈ ਆ। ਚਾਹ ਰੋਟੀ
ਚਾਹ ਮੈਂ ਬਣਾਈ ਨਹੀਂ, ਅਜੇ ਦੁੱਧ ਹੈ ਨਹੀਂ ਸੀਗਾ, ਲਿਆ ਕੇ ਨਹੀਂ ਦਿੱਤਾ ਕਿਸੇ ਨੇ। ਲੈ ਆ ਵਿਆਹ ਤਾਂ ਤੇ ਚੱਲ ਕੋਈ ਨਾ, ਇਹ ਤਾਂ ਗੱਲ ਛੱਡ, ਚਾਹ ਰੋਟੀ ਬਿਨਾਂ ਤਾਂ ਸਾੜ ਲੂ ਮੈਂ। ਕੀ ਕਹਿੰਦਾ ਲਾਇਆ ਫਿਰ ਤੂੰ ਆਪਦੇ ਪਿੰਡ ਫੋਨ? ਕੀ ਕਹਿੰਦੇ ਕਦੋਂ ਆਊਗੀ ਬਾਹਰੋਂ ਕਨੇਡਾ ਤੋਂ? ਕਨੇਡਾ? ਅੱਛਾ ਉਹ ਗੱਲ ਕਰਦਾ, ਠੀਕ ਆ ਉਹਨੂੰ ਭਜਾ ਤਾ ਤੇ ਫਿਰ ਹਜੇ ਮਾੜਾ ਮੋਟਾ ਠਹਿਰਤਾ ਜਾ ਤੂੰ, ਤਲਾਕ ਤਾਂ ਹੋ ਗਿਆ ਸਾਰਾ ਕੁਛ। ਓਹੋ ਮੈਂ ਤਾਂ ਜਮਾ ਪੂਰਾ ਪੱਕਾ ਕੰਮ ਕਰਕੇ ਕੱਢੀ ਆ, ਤੂੰ ਤਾਂ ਮੈਨੂੰ ਆਪ ਕਿਹਾ ਤਲਾਕ ਵਾਲੀ ਕਿਹੜੀ ਗੱਲ ਆ, ਮੈਨੂੰ ਭਜਾ ਤੇਰਾ ਨਾਲ ਦੀ ਨਾਲ, ਦੂਜੇ ਦਿਨ ਮੈਂ ਵਿਆਹ ਕਰ ਲਿਆਉਂਗੀ। ਬਾਈ ਮੈਂ ਐਂ ਪੁੱਛਦੀ ਹਾਂ, ਉਹ ਤਾਂ ਠੀਕ ਹੈ ਵੀ ਸਾਰਾ ਨਿਬੜ ਗਿਆ, ਹੁਣ ਆਪਣਾ ਇੱਧਰੋਂ ਕਿਤੇ ਕੱਲ ਨੂੰ ਅਗਲੀ ਮੁੜ ਕੇ ਇੱਥੇ ਫੇਰ ਆ ਜੇ। ਓਹੋ ਨਿਬੜਿਆ ਬਈ ਇਹ ਤਾਂ, ਤੂੰ ਚੱਲ ਤੂੰ ਲਾ ਫੋਨ, ਮੈਂ ਦੇਵਾਂ ਆਪਣਾ ਫੋਨ। ਕਾਗਜ਼ ਪੱਤਰ ਕਰਤੇ ਸਾਰੇ? ਓਕੇ ਆ ਸਾਰਾ ਕੁਝ। ਕੋਈ ਨਾ, ਨਾਲੇ ਤੂੰ ਕੈਨੇਡਾ ਵਾਲੀ ਕਹਿੰਦਾ ਉਹਦਾ ਤਾਂ ਰਿਸ਼ਤਾ ਵੀ ਹੋ ਗਿਆ, ਕਿੱਦਾਂ ਦੀ ਤਾਂ ਮੈਂ ਕਹੀ ਜਾਂਦੀ ਹਾਂ ਤੈਨੂੰ, ਸੁਣੀ ਤਾਂ ਹੈ ਨਹੀਂ ਮੇਰੀ ਗੱਲ। ਰਿਸ਼ਤਾ ਹੋ ਗਿਆ? ਤੂੰ ਤਾਂ ਕਹੀ ਜਾਂਦੀ ਸੀ ਉਹਦਾ ਤੇਰੇ ਨਾਲ ਕਰ ਹੁਣ ਮੈਂ ਆ ਜਾਣ ਦੇ ਕੈਨੇਡਾ ਤੋਂ, ਤੈਨੂੰ ਤਾਂ ਉਹ ਪਸੰਦ ਕਰੀ ਬੈਠੀ ਆ, ਫਿਰ ਐ ਕਿਵੇਂ ਹੋ ਗਿਆ? ਮੈਂ ਤਾਂ ਤੇਰਾ ਕਹਿਣ ਤੇ ਕੰਮੋਂ ਨੂੰ ਵੀ ਘਰੋਂ ਕੱਢਤਾ। ਅੱਛਾ ਮੇਰੇ ਕਹਿਣ ਤੇ ਕੱਢਿਆ ਹੈ? ਆਪ ਲੜਿਆਂਗਾ ਤੂੰ, ਮੈਂ ਤੈਨੂੰ ਐ ਨਹੀਂ ਕਹਿ ਸੀ ਵੀ ਇੱਕੇ ਦਮ ਹੀ ਕੱਢ ਦੇ ਉਹਨੂੰ, ਮੇਰੇ ਸਿਰ ਤੂੰ ਪਾਈ ਜਾਂਦਾ ਸਾਰੀ ਗੱਲ। ਲੈ ਭਾਬੀ ਆ ਤਾਂ ਧੋਖਾ ਹੋਇਆ ਨਾ। ਧੋਖਾ ਮੈਂ ਨਹੀਂ ਕੀਤਾ, ਧੋਖਾ ਤੂੰ ਕੀਤਾ। ਮੈਂ ਤੈਨੂੰ ਕਿੱਦਾਂ ਦੀ ਕਹੀ ਜਾਂਦੀ ਆ ਵੀ ਰਿਸ਼ਤਾ ਤੇਰਾ ਮੈਂ ਕਰਾਊ ਮੈਂ ਕਰਾਊ, ਉਹਨੂੰ ਕੈਨੇਡਾ ਵਾਲੀ ਅਗਲੀ ਦਾ ਵਿਆਹ ਹੋ ਗਿਆ, ਨਾ ਹੁਣ ਕੈਨੇਡਾ ਵਾਲੀ ਆਵੇ ਤੇ ਨਾ ਹੁਣ ਇੰਡੀਆ ਵਾਲੀ ਆਵੇ। ਇਹ ਤਾਂ ਜੁਰਮ ਹੋਇਆ ਨਾ ਭਾਬੀ ਫਿਰ। ਲੈ ਜੁਰਮ ਨੂੰ ਕਹਾ ਮੈਂ ਕੋਈ ਕਤਲ ਕਰਤਾ? ਬਹੂ ਹੀ ਗਈ ਤੇਰੀ, ਨਾਲੇ ਉਹ ਕਿਹੜਾ ਮੈਂ ਭੇਜੀ ਆ, ਤੂੰ ਭੇਜੀ ਹੈਗੀ। ਲੈ ਭਾਬੀ ਮੈਂ ਕਦੋਂ ਭੇਜੀ ਆ, ਤੂੰ ਤਾਂ ਮੈਨੂੰ ਕਹਿੰਦੀ ਸੀ ਇਹਨੂੰ ਘਰੋਂ ਕੱਢ, ਇੱਧਰ ਤੂੰ ਤਲਾਕ ਲੈ ਇਹਦੇ ਨਾਲ ਕਰ ਵੀ ਖੜਾ ਛੜਾ ਇਹਦੇ ਤੋਂ। ਮੈਂ ਨਾ ਮੇਰੇ ਤੇ ਗੱਲਾਂ ਸਾਰੀਆਂ ਪਾਈ ਜਾਂਦਾ ਖੜਾ ਛੜਾਉਣ ਨੂੰ, ਮੇਰੀ ਗੱਲ ਸੁਣ ਲਾ, ਜਦੋਂ ਮੈਂ ਤੈਨੂੰ ਚਾਹ ਫੜਾ ਕੇ ਆਈ ਆ ਤੂੰ ਮੈਨੂੰ ਆਪ ਕਿਹਾ ਸੀ ਕਹਿੰਦਾ ਮੈਨੂੰ ਕਹਿੰਦਾ ਚਾਹ ਨੀ ਫੜਾਉਂਦੀ ਇਹ, ਮੇਰੇ ਕੱਪੜੇ ਨੀ ਪ੍ਰੈਸ ਕਰਦੀ, ਐ ਨੀ ਕਰਦੀ, ਤੂੰ ਕਿਵੇਂ ਆ ਦੇਖਾ ਕਹਿੰਦਾ ਕਿ ਤੂੰ ਭਜਾਈ ਆ, ਲੈ ਮੈਨੂੰ ਕੀ ਲੋੜ ਭਜਾਉਣ ਦੀ? ਉਹ ਭਜਾਈ ਤੇ ਤੂੰ ਆ ਬਾਬੇ ਦੇ ਤਵੀਤ ਨਹੀਂ ਲਈ ਸੀ, ਉਹ ਇਹਨੂੰ ਚਾਹ ਚ ਪਾਈ ਸੀ ਤੂੰ। ਬਾਬੇ ਦਾ ਤਵੀਤ ਦੇ ਪਤਾ ਲੱਗ ਗਿਆ ਹੁਣ ਤੈਨੂੰ ਇਹਦੀ ਕਰਤੂਤਾਂ ਦਾ? ਅੱਛਾ ਮੈਂ ਵੀ ਆਖਾਂ ਇੰਨੀ ਛੇਤੀ ਕਿਵੇਂ ਅਸਰ ਕਰ ਗਿਆ? ਅੱਛਾ ਉਹ ਤਾਂ ਮਿਲਿਆ ਹੀ ਸੀ। ਹਾਂ ਸੁਣੀ ਗੱਲ, ਤੇਰੇ ਕਰਤੂਤਾਂ ਸਾਰਾ ਹੁਣ ਕੰਮੋਂ ਨੀ ਬਾਹਰ ਜਾਂਦੀ ਹੈ, ਹੁਣ ਤੂੰ ਜਾਏ ਘਰੋਂ ਬਾਹਰ। ਕਿਉਂ ਮੈਂ ਕਦੋਂ ਜਾਊਂਗੀ, ਮੇਰਾ ਘਰ ਆ, ਮੈਂ ਵਿਆਹ ਕੇ ਆਈ ਆ ਉਰੇ, ਮੈਂ ਕਿਵੇਂ ਜਾਊਂ ਘਰੋਂ? ਤੇਰੀ ਕਰਤੂਤਾਂ ਮੈਂ ਦੱਸਦਾ ਸੁਣ। ਲੱਗ ਗਈ ਤਾਂ ਸਾਰੀ ਉੱਠੀ ਤਾਂ ਲਾਤੀ ਮਾਤਾ ਜੀ, ਕਿਆ ਬਾਬੇ ਦੇ ਲੱਗੀ, ਅਸੀਂ ਕਿਹਾ ਸੀ ਬਾਬੇ ਨੂੰ ਵੀ ਅਸੀਂ ਧਰਦੀ। ਲੈ ਜੈ ਬਾਬਾ, ਕੰਮ ਇਹਨਾਂ ਦਾ ਕਰਦੇ ਹੁਣ, ਇਹ ਇੱਥੇ ਰਹਿਣੀ ਨਹੀਂ ਚਾਹੀਦੀ। ਇਹਦੇ ਮੇਰੇ ਸਾਲਿਆਂ ਦੀ ਇਹ ਕਰਦੀ, ਕੋਈ ਨਾ ਕਰਦਾ ਇਹਨੂੰ ਦੋ ਟਾਈਮ। ਜਦੋਂ ਤੂੰ ਟੂਣਾ ਕਰਦੀ ਸੀ ਨਾ ਉਦੋਂ ਮੈਂ ਦੇਖ ਲਿਆ ਸੀ ਤੈਨੂੰ, ਨਾਲੇ ਮੈਂ ਕਿਹਾ ਟੂਣਾ ਕੌਣ ਰੋਕ ਰੋਜ਼ ਕਰਦਾ, ਤੇ ਨਾਲੇ ਜਦੋਂ ਮੈਂ ਦੇਖ ਲਿਆ ਉਦੋਂ ਨਾਲ ਦੀ ਨਾਲ ਮੈਂ ਭਰਾ ਕੋਲੇ ਆਇਆ ਤੇ ਭਰਾ ਨੂੰ ਸਾਰੀਆਂ ਗੱਲਾਂ ਦੱਸੀਆਂ। ਅੰਮਾ ਕੰਮੋ ਉਹ ਤਾਂ ਬਾਗੀ ਸੀ, ਹੈ ਕਿ ਬਾਗੀ ਸਾਰਾ ਨਾਲ ਆਇਆ ਸੀ ਤੇ ਤੇਰੀ ਜਿਹੜਾ ਤੂੰ ਆਹ ਚਿਹਰਾ ਲਈ ਫਿਰਦੀ ਨਾ ਸਾਹਮਣੇ ਆਵੇ ਭਾਬੀ ਆ ਮਿੱਟੀ, ਤੈਨੂੰ ਮੈਂ ਕਿਹਾ ਸੀ ਨਾਲੇ ਹੈ ਮਾੜਾ ਨਾ ਸੋਚਿਆ ਕਰ। ਕੰਮੋ ਕਿਵੇਂ ਦੇਖੇ ਚਿਪਸ ਖਾਂਦੀ ਆਉਂਦੀ ਲੈ, ਇਹਨੂੰ ਤਾਂ ਆ ਕੁਛ ਵੀ ਲਿਆ ਦਿੰਦਾ ਜੋ ਚੰਗੇ ਕੰਮ ਕਰੇਗੇ। ਪਰ ਮੇਰੇ ਕੰਮਾਂ ਤੇ ਮੇਰੇ ਚੱਪਲਾਂ ਚੱਕ ਲਾ ਦੇ ਲੈ ਕੇ ਮੈਂ ਉਹਨੂੰ ਲੇਜਾ ਖਵਾਈ ਜਾਂਦਾ ਵਾ। ਜੋ ਚੰਗੇ ਕੰਮ ਕਰਦੀ ਆ ਤੇਰੇ ਵਾਂਗੂ ਮਾਰੇ ਨਹੀਂ ਬਾਬੇ ਕੋਲ ਜਾਂਦੀ ਆ। ਚੰਗੇ ਕੰਮ ਨੂੰ ਕਿਹੜਾ ਇਹਨੇ ਕੁੜੀਆਂ ਦੇ ਵਿਆਹ ਕੀਤੇ ਆ? ਨਾ ਪਖੰਡ ਜੀ ਤਾਂ ਬੜੇ ਕਰਦੀ ਸੀ ਰੋਕਣ ਦੇ, ਤੈਨੂੰ ਇਹ ਸੀ ਵਿਆਹ ਹੀ ਕਰ ਛੱਡ ਕੇ ਬਗ ਜੂ।
ਫਿਰ ਰੋਕਣ ਦਾ ਫਰਜ਼ ਤਾਂ ਮੇਰਾ ਬਣਦਾ ਹੀ ਸੀਗਾ। ਨਾਲੇ ਨਾ ਤੇਰੇ ਸਾਦਾ ਰਤਵੀਤ ਨਹੀਂ ਕੰਮ ਕਰਦੇ ਜੱਟਾਂ ਨੂੰ। ਹੁਣ ਤੈਨੂੰ ਕਰਾਈ ਮਾੜੀ ਮੋਟੀ। ਕੋਈ ਨਾ, ਤੂੰ ਧੋਖਾ ਕੀਤਾ ਮੇਰੇ ਨਾਲ, ਮੈਂ ਤੇਰੀ ਤੀਵੀਂ ਆ, ਮਾੜਾ ਮੋਟਾ ਨਾ ਮਾੜੀ ਮੋਟੀ ਅਕਲ ਨੂੰ ਕੋ। ਤੂੰ ਬਾਬਿਆਂ ਦੇ ਤੁਰੀ ਫਿਰ ਗਿੱਡੇ ਗੋਟੇ ਘੁੱਟਦੀ, ਆਹੋ ਮੈਨੂੰ ਰੋਟੀ ਵੀ ਨਹੀਂ ਪਕਾ ਕੇ ਦਿੰਦੀ ਗੀ, ਚੌਲ ਵੀ ਦਿੰਦੀ ਬਣਾ ਕੇ ਦਿੰਨੀ ਆ। ਅਰੇ ਤੂੰ ਬਾਅਦ ਵੀ ਗਿੱਡੇ ਗੋਟੇ ਘੁੱਟਣਾ, ਠੀਕ ਹੈ ਨਾ? ਗੱਲ ਸੁਣ ਲੈ ਮੇਰੀ, ਤੇਰੇ ਨਾਲ ਸ਼ਰਤ ਲੱਗੀ ਸੀ 3 ਦਿਨਾਂ ਦੀ, 3 ਦਿਨਾਂ ਚ ਪੂਰੇ ਹੋਣ ਵਾਲੇ ਆ ਤੇ ਗਈ ਹੈ ਨੀ, ਬਾਕੀ ਸੀ ਬਾਕੀ ਸੀ ਬਾਕਾ ਦੇ ਕਿਹਾ ਸਾਡਾ ਪਲਾਨ ਸੀ, ਇੱਥੇ ਸੀ ਨੁੱਕਲ ਕੋਈ ਰੱਖੀ ਸੀ। ਚੱਲ ਹੁਣ ਕੰਮੋਂ ਨੀ ਘਰੋਂ ਬਾਹਰ ਜਾਂਦੀ, ਹੁਣ ਤੂੰ ਜਾਏਗੀ ਝੱਕੜੀ। ਤੈਨੂੰ ਮੈਂ ਇੱਦਾਂ ਨਾਲ ਤਲਾਕ, ਤੂੰ ਜਿਹੜਾ ਘਰ ਪੜਦੀ ਪੜਦੀ ਨਾ ਆਉਂਦਾ ਘਰ ਪੱਟ ਕੇ ਬਹਿ ਗਈ, ਹੁਣ ਤੂੰ ਹੁਣ ਤੂੰ ਜਾਏ ਘਰੋਂ ਬਾਹਰ। ਜਿੰਨੀ ਅਕਲ ਸੀ ਉਨੀ ਕਿ ਇਹਨਾਂ ਨੇ ਵਰਤ ਲਈ, ਠੀਕ ਹੈ ਨਾ? ਐਵੇਂ ਕਾਹਤੋਂ ਆਪਦਾ ਘਰ ਖਰਾਬ ਕਰਨ ਤੇ ਤੁਲੇ ਹੋ? ਦੇਖ ਲਾ ਸੋਚ ਲਾ ਤੂੰ ਇਹਦੇ ਬਾਰੇ ਕੀ ਸੋਚਦੀ ਹੈ, ਤੇਰੇ ਬਾਰੇ ਕੀ ਸੋਚੀ ਜਾਂਦੀ ਹੈ। ਕੰਮੋ ਮੈਂ ਤੇਰੇ ਮੂਹਰੇ ਹੱਥ ਜੋੜਦੀ, ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ। ਉਹ ਤਾਂ ਠੀਕ ਆ, ਤੈਨੂੰ ਗਲਤੀ ਦਾ ਅਹਿਸਾਸ ਹੋ ਗਿਆ, ਪਰ ਸਾਧਾਂ ਦੇ ਡੇਰਿਆਂ ਤੇ ਜਾ ਕੇ ਕੀ ਮਿਲਦਾ ਗਾ? ਗੁਰੂ ਘਰ ਜਾਇਆ ਕਰੂ, ਠੀਕ ਹੈ ਨਾ, ਜਿਹੜਾ ਸਾਰਿਆਂ ਨੂੰ ਦਿੰਦਾ ਗਾ। ਪਰ ਧਾਗੇ ਤਵੀਤਾਂ ਨਾਲ ਕਿਸੇ ਦਾ ਘਰ ਪੱਟਣ ਮਾਰੀ ਨਾ, ਇਹ ਤਾਂ ਕਦੇ ਭੁੱਲ ਕੇ ਵੀ ਨਾ ਸੋਚੀ, ਉਹਨਾਂ ਦੇ ਸਾਰਾ ਖਾਣ ਦਾ ਠੱਕ ਠੱਕਾ ਹੁੰਦਾ ਗਾ। ਸਮਝਾਇਆ ਸੀ ਇਹਨੂੰ ਮੈਂ, ਹੈ ਜੇ ਕਿਸੇ ਨੂੰ ਮਾੜਾ ਸੋਚੇਗਾ ਪਹਿਲਾਂ ਤੇਰਾ ਮਾੜਾ ਹੋਊਗਾ, ਹੈ ਇਹਨੂੰ ਨਾਲ ਸਮਝਾਈ ਜਾ। ਇਹਦੇ ਹੁੰਦੇ ਆ ਇੱਕ ਹੱਥ ਕਰ ਲੈ ਇੱਕ ਹੱਥ ਭਰ ਲੈ। ਚਲੋ ਕੋਈ ਨਾ, ਵੀਰ ਜੀ ਦਾ ਗੁੱਸਾ ਸ਼ਾਂਤ ਹੋ ਜਾਊਗਾ, ਤੁਸੀਂ ਆ ਜਾਓ ਅੰਦਰ। ਸਾਰਿਆਂ ਦਾ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕਿਵੇਂ ਦੀ ਲੱਗੀ ਵੀਡੀਓ? ਜੇ ਵਧੀਆ ਲੱਗੀ ਤੇ ਕਮੈਂਟ ਲਾਜ਼ਮੀ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ। ਜਿਹੜੇ ਵੀਰ ਸਾਨੂੰ ਵੀਡੀਓ ਤੇ ਕਮੈਂਟ ਕਰਦੇ ਨੇ ਉਹਨਾਂ ਚ ਨਾ ਬੋਲਣ ਲੱਗਿਆ, ਪਰ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਤੇ ਸਾਨੂੰ ਜੇ ਥੰਬਨੇਲ ਗੱਦਾਂ ਲਾਉਣ ਤੇ ਨਾ ਮਜਬੂਰ ਕਰਿਆ ਕਰੋ। ਸਾਡੇ ਵੀਡੀਓ ਦੇਖਿਆ ਕਰੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਜੇ 4,000-5,000 ਵੀਡੀਓ ਚੱਲਦੀ ਹੈ, ਗੰਦੇ ਥੰਬਨੇਲ 4,000-5,000 ਲੱਖ ਚੱਲ ਜਾਂਦੀ ਹੈ, ਫਿਰ ਤੁਸੀਂ ਕਹਿੰਦੇ ਨਾਮ ਕਿਹਾ ਜਿਹਾ ਰੱਖਿਆ, ਇਹ ਰੱਖਿਆ, ਸਾਨੂੰ ਮਜਬੂਰ ਨਾ। ਅਗਰ ਚੰਗੇ ਨਾਮ ਵੀ ਰੱਖੇ ਪਰ ਤੁਸੀਂ ਵੀਡੀਓ ਦੇਖਦੇ ਨੀ, ਕੀ ਕਰੀਏ ਹੈ? ਤੇ ਪਰ ਚੱਲ ਕੋਈ ਨਾ, ਧੰਨਵਾਦ, ਤੁਹਾਡੀ ਮਰਜ਼ੀ ਹੈ ਵੀ ਇਸ 'ਤੇ ਕੀ ਕਹਿੰਦਾ, ਅਤੇ ਗਰੀਬ ਬੰਦੇ ਤੁਹਾਡੇ ਨਾਲ ਧੱਕਾ ਨਹੀਂ ਕਰ ਸਕਦੇ, ਪਰ ਗਰੀਬ ਬੰਦਿਆਂ ਦੀ ਬਾਂਹ ਵੀ ਫੜ ਲਿਆ ਕਰੋ। ਇਹ ਜ਼ਰੂਰ ਬਾਅਦ 'ਚ ਤੁਸੀਂ ਕਹਿ ਦਿੰਦੇ ਵੀ ਆਹ ਕਿਵੇਂ ਮਜਬੂਰ, ਕਿਉਂ ਚੰਗੀਆਂ ਚੀਜ਼ਾਂ ਕਿਉਂ ਨਹੀਂ ਪਾਉਂਦੇ? ਚੰਗੇ ਰਿਜੇ ਤਾਂ ਪਾਵਾਂਗੇ। ਹੁਣ ਚੰਨੀ ਵਾਲਿਆਂ ਦੇ ਚੈਨਲ ਤਾਂ ਦੇਖੋ 1,000 ਵੀਡੀਓ ਚੱਲੀ ਆ, 2,000 ਚੱਲੀ ਆ, 1,500-700, ਅਤੇ ਇੱਧਰ ਗੰਦੇ ਥੰਬਨੇਲ ਲਾਉਣੇ ਆਪਾਂ ਤਾਂ ਦੇਖੋ ਗੰਦੀਆਂ ਮਾੜੀਆਂ ਵੀਡੀਓ ਪਾਉਣੇ ਤਾਂ ਦੇਖੋ ਕਿ 4,000,000-1,00,000 60,000-60,000 ਰੁਪਇਆ 50,000 ਚੱਲੀ ਆ। ਚੱਲ ਵੀ ਧੰਨਵਾਦ ਤੁਹਾਡਾ, ਇਹ ਤੇ ਸਪੋਰਟ ਕਰੀ ਜਾਂਦੇ ਚੱਲ, ਤੇ ਤੇ ਅਸੀਂ ਉਹਨਾਂ ਦੇ ਨਾਮ ਬੋਲਣ ਲੱਗੇ ਆ। ਹਾਂ ਵੀ ਹੋਰ ਕੀ ਕਰੀਏ? ਹਾਂਜੀ ਹਾਂਜੀ ਬੋਲੋ। ਅਨਮੋਲ, ਹਰਵਿੰਦਰ ਸਿੰਘ, ਜੱਟ ਫਿਲਮੀ, ਪਿੰਕੀ ਰਾਣੀ, ਸੁਖਰਾਜ ਸਿੰਘ, ਭੋਲਾ ਗਿੱਲ, ਮੋਹਰ ਸਿੰਘ ਤੇ ਸੰਦੀਪ ਬਈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੇ ਹੋਰ ਦੇ ਵੀ ਬੋਲਦੇ ਆ ਜੀ, 2-4 ਹੋਰ ਹੈਗੇ ਆ, ਹਰਜੀਤ ਕੌਰ, ਹਰਵਿੰਦਰ ਸਿੰਘ ਬਈ, ਤੁਹਾਡਾ 2-3 ਵਾਰੀ ਨਾਮ ਆ ਗਿਆ ਤੇਰਾ ਬਈ, ਬਹੁਤ ਬਹੁਤ ਧੰਨਵਾਦ। 2-4 ਵੀਡੀਓ ਤੋਂ ਦੇਖਦੇ ਆ, ਲਾਈਕ ਕਰਦਾ, ਕਮੈਂਟ ਕਰਦਾ, ਸ਼ੇਅਰ ਕਰਦਾ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਤੇ ਅਨਮੋਲ ਵੀ, ਇਹਨੇ ਵੀ ਬਹੁਤ ਬਹੁਤ ਧੰਨਵਾਦ। ਜਸਵੰਤਰ ਕੌਰ, ਜਸਵੰਤ ਕੌਰ ਵੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹਰਵਿੰਦਰ ਸਿੰਘ ਜੀ, ਬਹੁਤ ਵਧੀਆ ਤੁਹਾਡੀਆਂ ਵੀਡੀਓ ਕਮੈਂਟ, ਬਹੁਤ ਸੋਹਣੇ ਸੋਹਣੇ ਲੱਗਦਾ ਬਈ, ਤੇਰਾ ਬਹੁਤ ਬਹੁਤ ਧੰਨਵਾਦ। ਹਰ ਵੀਡੀਓ 'ਤੇ ਕਮੈਂਟ ਆਉਂਦਾ ਬਈ ਤੇਰਾ, ਬਹੁਤ ਬਹੁਤ ਧੰਨਵਾਦ। ਤੇ ਸੁਖਰਾਜ ਸਿੰਘ ਜੀ, ਤੇ ਮਨਜੀਤ ਕੌਰ ਜੀ, ਤੇ ਹਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲੋਂ ਜੀ, ਸੱਚੇ ਦਿਲੋਂ। ਹਾਂਜੀ, ਥੈਂਕ ਯੂ। ਇਸ ਤਰ੍ਹਾਂ ਸਾਡੀ ਵੀਡੀਓ ਨੂੰ ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ।
ਜੇ ਤੁਸੀਂ ਸਪੋਰਟ ਕਰੋਗੇ ਤਾਂ ਅਸੀਂ ਵਧੀਆ ਵਧੀਆ ਵੀਡੀਓ ਲਿਆਵਾਂਗੇ। ਤੇ ਆਹ ਦੇਖੋ ਭਾਬੀ ਵਾਂਗੂ ਕਿਵੇਂ ਐਤਕੀ ਜੇਠਾਂ ਨਾਲ ਕੀਤੀ ਮਾੜੀ, ਐਵੇਂ ਨਾ ਕਰਿਆ ਕਰੋ, ਠੀਕ ਹੈ ਜੀ। ਤੇ ਨਾਲੇ ਜਦੋਂ ਤੁਸੀਂ ਕਮੈਂਟ ਨਹੀਂ ਕਰਦੇ ਜੀ, ਚੰਨੀ ਸਾਹਿਬ ਜੀ ਰੋਟੀ ਨਹੀਂ ਖਾਂਦੇ। ਹੋਰ ਭਾਈ ਦਿਲ ਦੁਖਦਾ ਬਾਈ। ਚਲ ਬਸ ਰੋਣਾ ਹੁਣ ਕਰਦਿਆ ਕਰਨਗੇ, ਕੋਈ ਨਾ ਰੋਣਾ ਨਹੀਂ ਕਰਦਿਆ ਕਰੋ ਜੀ ਸਾਰੇ ਕਮੈਂਟਾਂ। ਹਾਂਜੀ ਨਾਲੇ ਸਾਨੂੰ ਦੱਸਿਆ ਕਰੋ ਜੀ ਵੀ ਸਾਡੀ ਐਕਟਿੰਗ ਕਿਹਨਾਂ ਦੀ ਵਧੀਆ ਲੱਗਦੀ ਹੈ, ਕਿਵੇਂ ਲੱਗਦੀ ਹੈ, ਜੇ ਕੋਈ ਕਮੀ ਆ ਸਾਨੂੰ ਉਹ ਵੀ ਦੱਸਿਆ ਕਰੋ ਜੀ, ਤਾਂ ਅਸੀਂ ਚੇਂਜ ਕਰਾਂਗੇ। ਜੇ ਮੈਨੂੰ ਪਸੰਦ ਕਰਦੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ।